ਗਰਾਊਂਡ ਦੇ ਵਿੱਚ ਆਵੇ ਜਿੱਥੇ ਵੀ ਆ ਪਹਿਲੀ ਕਬੱਡੀ ਕਲਿਆਣਾ ਵਾਲੇ ਤਾਰੀ ਦੀ ਪਈਆ ਦਵਈ ਖੇਡਾ ਨੌਜਵਾਨ ਜਿੱਥੇ ਮਾਨ ਸਨਮਾਨ ਹੋਏ ਗੁਰਮਾ ਸਾਹਿਬ ਨੂੰ ਦਿੱਤਾ ਇਹ ਬਰਦਾਨ ਕਬੱਡੀ ਦਾ ਇਹ ਦੇਸ਼ ਵਿਦੇਸ਼ ਵਿੱਚ ਹੁੰਦਾ ਇਹ ਸਨਮਾਨ ਕਬੱਡੀ ਦਾ ਉਧਰ ਭਗਤੇ ਦੀ ਟੀਮ ਸੋਨੀਆ ਪੀਤਾਗਾ ਆ ਕਹਿੰਦੇ ਸੈਦੋਵਾਲ ਸ਼ੀਰਾ ਜੱਫਾ ਲਾ ਰਿਹਾ ਸੀ ਪਰ ਭੋਡੀਪੁਰੇ ਵਾਲੇ ਨੌਜਵਾਨ ਦਾ ਫੈਸਲਾ ਵੀ ਪੁਆਇੰਟ ਜਿਹੜਾ ਨੌਜਵਾਨ ਮਾਨੂ ਕੇ ਗਿੱਲਾਂ ਦੀ ਟੀਮ ਦੇ ਲਈ ਜੁੜਦਾ ਹੋਇਆ ਇੱਕ ਪਾਸੇ ਭਗਤੇ ਦੀਆਂ ਦੋ ਟੀਮਾਂ ਖੇਡੀਆਂ ਇੱਕ ਕੇਵਲ ਵਰਗੇ ਇੱਕ ਮੁੰਡੇ ਆ ਪੀਤਾ ਸੋਨੀ ਵਰਗੇ ਜਿਹੜੇ ਖੇਡ ਰਹੇ ਆ ਜੀਤੇ ਵਰਗਿਆਂ ਦੀ ਟੀਮ ਲਓ ਸੋਨੀ ਦੀ ਭਗਤੇ ਵਾਲੇ ਦੀ ਪਿੱਛੇ ਕਬੱਡੀ ਆ ਅਗਲੀਆਂ ਟੀਮਾਂ ਨੂੰ ਬੇਨਤੀ ਵੀ ਪਧਾਵੜਾ ਵਾਲੇ ਮੁੰਡੇ ਤਾਂ ਆ ਗਏ ਬਾਈ ਕੁਲਦੀਪ ਜੀ ਸਾਡੇ ਸਤਿਕਾਰਯੋਗ ਵੀਰ ਧੰਨਵਾਦ ਆ ਉਧਰ ਮਨਪ੍ਰੀਤ ਸਿੰਘ ਸੰਧੂ ਜਿਹੜੇ ਸਿਵਲ ਹਸਪਤਾਲ ਬਰਨਾਲੇ ਦੇ ਵਿੱਚ ਡਿਊਟੀ ਉਹਨਾਂ ਦਾ ਵੀ ਧੰਨਵਾਦ ਸਾਡੇ ਸਤਿਕਾਰਯੋਗ ਮਿੱਤਰਾਂ ਲਓ ਇੱਕ ਪਾਸੇ ਕੀਤੀ ਹੋਈ ਕਮਾਲ ਮਾਨੂ ਕੇ ਗਿੱਲਾਂ ਵਾਲੇ ਨੇ ਸੋਨੀ ਦੀ ਪਈ ਆ ਕਬੱਡੀ ਭਗਤੇ ਵਾਲੇ ਦੀ ਹਾਂਜੀ ਹੈਲੋ ਹਾਂਜੀ ਜਿਹੜਾ ਫੌਜੀ ਰੌਂਦੇ ਵਾਲਾ ਮੁੰਡੇ ਆਏ ਆ ਗੱਡੀ ਕੋਲ ਪਹੁੰਚ ਜਾਣ ਠੀਕ ਹੈ ਬਾਈ ਖਤਮ ਕਰਨੀਆਂ ਉਹ ਦੋ ਮੈਚ ਜਿਹੜੇ ਕਰਾਏ ਜਾਣਗੇ ਕਲਿਆਣਾ ਵਾਲਾ ਨੌਜਵਾਨ ਤਾਰੀ ਅੱਗੇ ਵੱਧ ਹੋਇਆ ਬਾਬਾ ਦਸੌਂਦਾ ਸਿੰਘ ਦੀ ਵੱਡੀ ਪਾਰ ਕਿਰਪਾ ਇਧਰਲੇ ਪਾਸੇ ਸੈਦੋ ਪਿੰਡ ਆ ਜਾਸੀ ਦਾ ਲੱਗਿਆ ਹੋਇਆ ਜ਼ੋਰ ਲੈ ਗਿਆ ਖਿੱਚ ਕੇ ਲਾ ਜ਼ੋਰ ਇਹ ਸੈਦੋ ਵਾਲੇ ਸ਼ੀਰੇ ਨੇ ਜੱਫਾ ਲਾਇਆ ਭਗਤੇ ਦੀ ਟੀਮ ਦੇ ਲਈ ਇੱਕ ਅੱਗ ਜਿਹੜਾ ਹੋ ਜੁੜਦਾ ਹੈ ਲਓ ਸੁਖਦੇਵ ਦਾਸ ਜੀ ਤੁਹਾਡਾ ਵੀ ਧੰਨਵਾਦ ਆ ਜਿਹੜੇ ਮੈਂ ਦੇਖਦਾ ਸੁਬਾ ਤੋਂ ਉਧਰ ਕਰਮਜੀਤ ਸਿੰਘ ਜੀ ਰੀਲ ਸਰਪੰਚ ਭਾਈ ਨੀਟੂ ਵਰਗੇ ਸੀਤੇ ਵਰਗੇ ਬਾਈ ਕੁਲਦੀਪ ਸਿੰਘ ਜੀ ਗੱਲ ਬਾਈ ਗੁਰਪ੍ਰੀਤ ਸੋਨੀ ਵਰਗੇ ਨੌਜਵਾਨ ਜਿੰਨੇ ਵੀ ਕਬੱਡੀ ਦੀ ਓਪਨ ਟੀਮਾਂ ਛੋਟੇ ਬਜੇਰ ਉਹਨਾਂ ਦਾ ਵੀ ਧੰਨਵਾਦ ਆ ਉਧਰ ਮੈਂ ਦੇਖਦਾ 19 ਦੀ ਢਲਮਾਂ ਦੇ ਕਬੱਡੀ ਕੱਪ ਦੀ ਆ ਦੋ ਨੂੰ ਹਮੀਰ ਗਾੜਾ ਇੱਕ ਦਿਗ ਨੂੰ ਮਲ ਸਿੰਘ ਵਾਲਾ ਇੱਧਰ ਕਹਿੰਦੇ ਪੀਤਾ ਕਬੱਡੀ ਪਾ ਰਿਹਾ ਚਾਹੇ ਪੀਤੇ ਦਾ ਰੰਗ ਕਾਲਾ ਗਾ ਪਰ ਕਬੱਡੀ ਦੇ ਵਿੱਚ ਨੌਜਵਾਨ ਦਾ ਨਾਮ ਵਧੀਆ ਗਾ ਆਪਣੀ ਟੀਮ ਦੇ ਲਈ ਪੀਤਾ ਜਿੱਥੇ ਇੱਕ ਬੈਂਡ ਹੋਰ ਜੁੜਦਾ ਹੋਇਆ ਉਸ ਤੋਂ ਬਾਅਦ ਬੇਨਤੀ ਵੀ 18 ਡਿਗ ਟੱਕਰਾਮ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਆ ਜਿੱਥੇ ਓਪਨ ਦੇ ਬੈਸਟ ਸਿਰ ਦੇ ਜਾਫੀ ਨੂੰ ਸਹਿਯੋਗ ਆ ਇਸ ਕਬੱਡੀ ਕੱਪ ਦੇ ਲਈ ਲਓ ਸੋਨੀ ਭਗਤੇ ਵਾਲਾ ਕਬੱਡੀ ਪਾਉਣ ਲਈ ਵੱਧ ਹੋਇਆ ਜਿਹਨੇ ਵੀ ਜਿਹੜੇ ਮੈਂ ਆ ਗੁਰਬੀਤ ਉਰਿਆ ਸਾਡੇ ਕੋਲ ਗੁਰਬੀਤ ਠੀਕ ਹੈ ਇਹ ਮਾਨੂਕੇ ਵਾਲਾ ਮੁੰਡਾ ਇਹ ਪੱਟ ਫੜਿਆ ਗਿਆ ਇਹ ਨੌਜਵਾਨ ਨੇ ਜ਼ੋਰ ਲਾਇਆ ਗਾ ਲੈ ਦਿਆਲਪੁਰੇ ਵਾਲਾ ਦੇਵਨ ਟੇਡਾ ਜਾ ਉਹ ਦੇਖਦਾ ਉਹਦਾ ਵੀ ਜ਼ੋਰ ਉਨੀ ਲੱਗਿਆ ਬਹਿ ਕਿਤੇ ਮੁੰਡਾ ਖਾਲਤੀ ਨਾ ਕਰੇ ਲੱਤ ਨਾ ਲਾਵੇ ਇਹ ਬਹੁਤ ਵਧੀਆ ਪੰਜਾਬ ਦੇ ਮੰਨੇ ਪ੍ਰਮੰਨੇ ਰੈਫਰੀ ਆ ਦੇਵ ਦਿਆਲਪੁਰੇ ਵਾਲਾ ਤਰਮਾਲਾ ਪਰਗਟ ਡੈਣੀ ਜੀ ਮਣੀ ਜੀ ਢੋਡੀਪੁਰੇ ਵਾਲਾ ਸੂਬਾ ਨੌਜਵਾਨ ਨਾਲ ਮੈਂ ਦੇਖਦਾ ਦੋ ਵੀਰਾ ਉਧਰ ਅਲਕੜਿਆਂ ਵਾਲੇ ਸਾਡੇ ਵੀਰ ਬਲਜਿੰਦਰ ਜੀ ਦਾ ਮਣੀ ਧੂਰ ਦਾ ਨਾਲ ਕਸ਼ਮੀਰਾ ਕਰਾਚੋ ਜੀ ਜਿੰਨੇ ਵੀ ਵੀਰ ਆ ਸਾਰਾ ਧੰਨਵਾਦ ਆ ਤੇ ਬਲਵਿੰਦਰ ਜੀ ਨਾਲ ਜੋਗਾ ਜੀ ਉਹਨਾਂ ਦਾ ਧੰਨਵਾਦ ਇਧਰ ਨੌਜਵਾਨ ਭਗਤੇ ਵਾਲਾ ਫੇਰ ਜੱਫਾ ਲਾ ਰਿਹਾ ਪੂਰਾ ਤੁੰਨ ਕੇ ਜੱਫਾ ਲਾ ਰਿਹਾ ਜ਼ੋਰ ਨਾਲ ਲਾ ਰਿਹਾ ਚੱਲ ਵੀ ਭਗਤੇ ਵਾਲੇ ਪੀਤੇ ਆ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਭਦੌੜਾ ਵਾਲੇ ਤਾਂ ਕੇ ਠੂਲੀ ਵਾਲੀ ਹੱਥ ਖੜਾ ਕਰੋ ਠੂਲੀ ਵਾਲਾ ਆ ਗਈ ਠੀਕ ਹੈ ਬਾਈ ਸੀਤੇ ਉਹ ਤੋਂ ਬਾਅਦ ਟੀਮਾਂ ਸੱਦ ਲਾ ਤੂੰ ਬੁੱਟਰ ਦੇ ਵਧਾਤੇ ਬੁੱਟਰ ਦੇ ਵਧਾਤਿਆਂ ਨੂੰ ਸੱਦੋ ਜੀ ਇਧਰਲੇ ਪਾਸੇ ਮਾਨੂ ਕੇ ਗਿੱਲਾਂ ਵਾਲੇ ਨੌਜਵਾਨ ਆ ਜਿਹੜੇ ਜੱਫੇ ਲਾ ਰਹੇ ਜਿੱਥੋਂ ਦਾ ਗੁਰਨਾਲ ਕਾਬਲ ਵਰਗ ਉੱਗੇ ਖੇਡ ਪ੍ਰਮੋਟਰ ਬਾਈ ਆਹ ਵਰਗਾਂ ਦਾ ਵੀ ਧੰਨਵਾਦ ਸਾਡੇ ਨੌਜਵਾਨ ਵੀਰ ਜੇ ਆਪਾਂ ਗੱਲ ਕਰੀਏ ਪੰਮਾ ਸਾਡੇ ਵਿੱਚ ਟੀਮਾਂ ਵਾਲਾ 24 ਤਰੀਕ ਚੱਕ ਮਤੇ ਸਿੰਘ ਕਲਿਆਣਾ ਵਾਲਾ ਤਾਰੀ ਉਧਰ ਸੈਦੋ ਵਾਲੇ ਸ਼ੀਰੇ ਵਰਗੇ ਨੇ ਇਹ ਉਹੀ ਰੇਡਰ ਉਹੀ ਜਾਫੀ ਇੱਥੇ ਰੱਖ ਹਾਂ ਐਂ ਪਤਾ ਲੱਗਦਾ ਵੀ ਮੁੰਡੇ ਦੇ ਵਿੱਚ ਕਿੰਨਾ ਕੁ ਜ਼ੋਰ ਆ ਇਹ ਕਲਿਆਣਾ ਵਾਲਾ ਤਾਰੀ ਆ ਜਿਹਨੇ ਵੀ ਦੇਖਣਾ ਖੇਡ ਕਬੱਡੀ ਫੁਲਕੀ ਦਾ ਕੰਮ ਭੈਣਾ ਝੋਟੇ ਦਾ ਜੀਦਾ ਵਾਲੇ ਦੀ ਕੁਸ਼ਤੀ ਪੱਕਾ ਸਾਧਲ ਹੋਟੇ ਦਾ ਇਹ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲੀ ਬਣ ਕੇ ਦੇਸ਼ ਸੋਹਣਿਆ ਮੇਲਾ ਯਾਰਾਂ ਦਾ ਹੈਲੋ ਉਹ ਭਾਈ ਹੈਲੋ ਉਧਰੋਂ ਫੋਨ ਆਇਆ ਸੁੱਕਿਆ ਕੋਈ ਜਨਰੇਟਰ ਨਾਲ ਪੰਗੇ ਲਈ ਜਾਂਦਾ ਗਾ ਮਾੜਾ ਕੰਮ ਆ ਯਾਰ ਜੇ ਨਾਲ ਚਿੰਬੜਗਾ ਦੇਖ ਲਾ ਬੇਨਤੀ ਹੈ ਵੀ ਮੇਰੇ ਕੋਲੇ ਫੋਨ ਆਇਆ ਕੋਈ ਜਨਰੇਟਰ ਪੰਗੇ ਲਈ ਜਾਂਦਾ ਉਧਰ ਹੈਲੋ ਠੀਕ ਹੈ ਅਜਮੇਰ ਲਾਲ ਨੂੰ ਬੇਨਤੀ ਹੈ ਵੀ ਇਹਨੂੰ ਫੌਜੀ ਸਾਡਾ ਆ ਜਾ ਵੀ ਆ ਜਾ ਮੈਚ ਦੀ ਸਮਾਪਤੀ ਹੈ ਬੜਾ ਤਕੜਾ ਖੇਡੇ ਅਜਮੇਰ ਤੇ ਫੌਜੀ
ਨਾਮ ਪਧੌੜ ਵਾਲੇ ਮੁੰਡੇ ਤਗੜਾ ਖੇਡਣ ਲੱਗ ਗਏ ਪਧੌੜ ਵਾਲੇ ਵੱਡੇ ਉਲਟੇ ਫੇਰ ਕਰ ਜਾਂਦੇ ਰੋਮੀ ਵਰਗੇ ਮੁੰਡੇ ਕਿਰਨੀ ਵਰ ਗਿਆ ਹਰਪ੍ਰੀਤ ਹੈਲੋ ਹਾਂ ਅਸੀਂ ਇਹ ਕਿਹੜੀ ਟੀਮ ਜਿੱਤੂਗੀ ਇਹਦੇ ਵਿੱਚੋਂ ਜਿੱਤ ਗਈ ਦੱਸੀ ਬਈ ਅੰਮ੍ਰਿਤ ਭਗਤਾ ਅੰਮ੍ਰਿਤ ਜੀ ਮਾਨੂ ਕੇ ਗਿੱਲ ਮਾਨੂ ਕੇ ਗਿੱਲ ਜੀ ਨੋਟ ਕਰੋ ਮਾਨੂ ਕੇ ਗਿੱਲ ਮਾਨੂ ਗਿੱਲ ਹਾਂਜੀ ਮਾਨੂ ਕੇ ਗਿੱਲ ਠੀਕ ਹੈ ਜੀ ਓਕੇ ਜੀ ਉਧਰ ਬਹੁਤ ਬਹੁਤ ਧੰਨਵਾਦ ਪਬਲਿਕ ਸਪੋਰਟਸ ਕਲੱਬ ਦੇ ਪ੍ਰਧਾਨ ਬਾਈ ਬਲੌਰ ਸਿੰਘ ਜੀ ਠੀਕ ਹੈ ਜੀ ਜਿੱਥੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਵੀ ਨੌਜਵਾਨ ਸਭਾਵਾਂ ਦਾ ਧੰਨਵਾਦ ਹਾਂਜੀ ਹਾਂਜੀ ਕੋਈ ਨਾ ਕੋਈ ਡਰਦਾ ਕਿਉਂ ਮੈਂ ਸਵਾਦ ਹੀ ਦੇਣਾ ਉਧਰ ਕਲਿਆਣਾ ਵਾਲਾ ਬਾਵੇਂ ਨੌਜਵਾਨਾਂ ਕਪਤਾਨ ਵੀ ਫਿਰਦਾ ਤਾੜੀ ਮਾਰੋ ਵੀ ਕਲਿਆਣਾ ਵਾਲਾ ਕਪਤਾਨ ਫਿਰਦਾ ਗਰਾਊਂਡ 'ਚ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਬਹੁਤ ਵਧੀਆ ਰੇਡਰਾ ਯੂਰਪ ਦੇ ਵਿੱਚ ਨੌਜਵਾਨ 10 ਸਾਲ ਦਾ ਜਿਹੜਾ ਵੀਜ਼ਾ ਲੱਗਿਆ ਇਹਨਾਂ ਦਾ ਵੀ ਧੰਨਵਾਦ ਵੀਰਾਂ ਦਾ ਉਧਰ ਸਨਮਾਨ ਅਜਮੇਰ ਜਲਾਲ ਲਓ ਜਿਹੜੀ ਟੀਮ ਆ ਪਧੌੜਦੀ ਆ ਜੀ ਨੋਟ ਕਰੋ ਇਧਰਲੇ ਪਾਸੇ ਆ ਗਈ ਆ ਮੰਡੀ ਵਾਲੇ ਪਾਸੇ ਤੇ ਦੂਜੇ ਪਾਸੇ ਮੁੰਡੇ ਠੂਲੀ ਵਾਲ ਵਾਲੇ ਆ ਪਹਿਲੀ ਕਬੱਡੀ ਠੂਲੀ ਵਾਲ ਦਾ ਮਨਦੀਪ ਸਿੰਘ ਮਾਰ ਹੈ ਹਾਂਜੀ ਇੱਕ ਜੀ ਆਪਣੇ ਰਾਜਗੜ੍ਹ ਦਾ ਕੋਈ ਸਹਾਜੂ ਆ ਉਹਦੇ ਮੋਟਰਸਾਈਕਲ ਕੋਲੇ ਜਾ ਬੜੇ ਰਾਜਗੜ੍ਹ ਦਾ ਸਹਾਜੂ ਉਹਨੂੰ ਕਾਕਾ ਡੀਕੀ ਜਾਂਦਾ ਆਜਾ ਚੀਨਿਆ ਨਾ ਕੋਈ ਨਾ ਕੋਈ ਉਹ ਭਾਈ ਜਿਹੜਾ ਜਨਰੇਟਰ ਨਾਲ ਸਰਾਰਤ ਕਰਦਾਗਾ ਬੇਨਤੀ ਹੈ ਉਹਨੂੰ ਇਹਦੇ ਬਾਅਦ ਕੁਛ ਨਹੀਂ ਕਹਿਣਾਗਾ ਪਰ ਇੰਨੀ ਬੇਨਤੀ ਜੇ ਚਿੰਬੜ ਗਿਆ ਤੂੰ ਆਪ ਜ਼ਿੰਮੇਦਾਰਾਂ ਨਾਲ ਹਾਂ ਉਹ ਕੋਲੇ ਰੋਲ ਲੈ ਵਾਲੇ ਮੁੰਡਿਓ ਕੋਈ ਜਨਰੇਟਰ ਨਾ ਖੋਲ ਕੇ ਲੈ ਜੇ ਹੁਣ ਰਾਤ ਨੂੰ ਟਰਾਂਸਫਾਰਮ ਨਹੀਂ ਛੱਡਦੇ ਲੋਕ ਹਾਂ ਉਹ ਕਿਉਂਕਿ ਮਾੜੇ ਹੁੰਦੇ ਆ ਆਤਾ ਮਾੜੀ ਉਹਨਾਂ ਦੀ ਜਿਹੜਾ ਵੀ ਕੋਈ ਫੜਿਆਗਾ ਭਾਈ ਇਹ ਤੋਂ ਬਾਅਦ ਉਹ ਆਪ ਜ਼ਿੰਮੇਦਾਰ ਆ ਸਾਡੇ ਪੰਜਾਬ ਪੁਲਿਸ ਵਾਲੇ ਬੰਦੇ ਕੋਲੇ ਫਿਰਦੇ ਆ ਫਿਰ ਤੁਹਾਨੂੰ ਪਤਾ ਜੇ ਫੜਿਆ ਗਿਆ ਉਹ ਤਾਂ ਤੁਸੀਂ ਆਪ ਹੀ ਜਾਣਦੇ ਹੋ ਕਲਿਆਣਾ ਵਾਲੇ ਤਾਰੀ ਦਾ ਸਮਾਨ ਹੋ ਰਿਹਾ ਹੈਲੋ ਹਾਂਜੀ ਨੇਪੇ ਦਾ ਮੁੰਡਾ ਕੁੱਕਰ ਵੀ ਉਹ ਜਿੰਮ ਵਾਲੇ ਕਮਰੇ ਕੋਲੇ ਜਾ ਵੜਦੇ ਨੂੰ ਠੀਕ ਜਾਂਦੇ ਲੈਟਰ ਦੇ ਮੁੰਡੇ ਨੂੰ ਬੇਚ ਕੇ ਵੀ ਡਿਊਟੀ ਸਾਹਮਣਾ ਬੰਦਾ ਹੈਲੋ ਇਧਰ ਹਾਂਜੀ ਨਿਭਾਈ ਜੀ ਉਹ ਭਾਈ ਉੱਥੇ ਕੋਈ ਲੋਈ ਵਾਲਾ ਮੁੰਡਾ ਗਿਆਗਾ ਜਨਰੇਟਰ ਕੋਲੇ ਉਹ ਕਹਿੰਦੇ ਦੋ ਤਿੰਨ ਮੁੰਡੇ ਜੋ ਸਾਫ ਕਰਕੇ ਗਿਆ ਮਾੜਾ ਕੰਮ ਆ ਬਈ ਸੱਚ ਸੱਚ ਬੰਦ ਕਰ ਗਿਆ ਕੋਈ ਨਾ ਕੋਈ ਨਾ ਡਰੋਣਾ ਉਹ ਇਹ ਕੰਮ ਨਾ ਕਰੋ ਨਹੀਂ ਸਮਾਨ ਪਾ ਦੇਗੇ ਫਿਰ ਨਾ ਨਾ ਕੋਈ ਨਾ ਕੋਈ ਨਾ ਕੋਈ ਨਾ ਪਹਿਲਾਂ ਪਲੀਜ਼ ਬੇਨਤੀ ਹੈ ਵੀ ਫਿਰ ਕਹੋਗੇ ਕਿਸੇ ਨੇ ਸਰੌੜਾ ਨਹੀਂ ਇੰਨੀ ਦੁਨੀਆ ਜੇ ਇੱਕ ਇੱਕ ਮੁੱਕੀ ਪੈ ਗਈ ਸਾਹਮ ਨਾਲ ਗਿਣਤੀ ਨਹੀਂ ਹੋਣੀ ਦੱਸੋ ਤਿਆਰ ਰੱਖੀ ਤੂੰ ਉਦਵਾਰ ਖਾਲਸਾ ਵਾਲਾ ਟਵਿੰਕਲ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਨੌਜਵਾਨ ਆਹ ਠੂਲੀ ਵਾਲ ਦਾ ਮਨਦੀਪ ਆ ਮੈਂ ਦੇਖਦਾ ਸਾਡੇ ਵੀ ਕਿਉਂਕਿ ਕਿੰਦੀ ਵਰਗੇ ਨੇ ਭਦੌੜ ਵਾਲੇ ਜਿੱਥੋਂ ਦੇ ਨੰਬਰਦਾਰ ਬਖਸ਼ੀਸ਼ ਵਰਗੇ ਨੌਜਵਾਨ ਮੈਂ ਦੇਖਦਾ ਵੀ ਮਾਸਟਰ ਸਾਊਂਡ ਜਗਜੀਤ ਸਾਊਂਡ ਬਹੁਤ ਵੱਡਾ ਨਾਮ ਆ ਇਧਰਲੇ ਪਾਸੇ ਪਈ ਹੋਈ ਕਬੱਡੀ ਆ ਆਹ ਰੋਮੀ ਕਿਆ ਬਾਤ ਆ ਸਰਦਾਰ ਜੱਫਾ ਲਾ ਰਿਹਾ ਭਦੌੜ ਵਾਲਾ ਜਿੱਥੋਂ ਦਾ ਚੇਅਰਮੈਨ ਲੈ ਵੀ ਪਬਲ ਸਪੋਰਟਸ ਕਲੱਬ ਵਾਲਾ ਅੱਜ ਕਲੱਬ ਦਾ ਪ੍ਰਧਾਨ ਆ ਉਧਰ ਮੈਂ ਦੇਖਦਾ ਵੀ ਸਾਡੇ ਵੀਰ ਨੇ ਦੱਸਿਆ ਵੀ ਕਬੱਡੀ ਦੇ ਮੈਚ ਇਧਰ ਕਿਰਨੀ ਆ ਦੂਜੇ ਪਾਸੇ ਠੂਲੀ ਵਾਲ ਦੀ ਟੀਮ ਆ ਉਹ ਗਰਾਊਂਡ ਚ ਚਾਹ ਰਹੇ ਕਿਹੋ ਜੀ ਰੇਫਰੀ ਉਸ ਲਈ ਬਿੱਟੂ ਆਓ ਜੀ ਹਾਂਜੀ ਹਾਂਜੀ ਭਾਈ ਬੇਨਤੀ ਹੈ ਵੀ ਮੇਰੇ ਕੋਲੇ ਪ੍ਰਧਾਨ ਸਾਹਿਬ ਖੜੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਨੇ ਇਹ ਗੱਲ ਕਹੀ ਹੈ ਬਾਈ ਜੀ ਜੇ ਕੋਈ ਬਸ ਸ਼ਰਾਰਤ ਕਰੋ ਉਹਨੂੰ ਬਖਸ਼ਿਆ ਨਹੀਂ ਜਾਊਗਾ ਆਪ ਦਾ ਜ਼ਿੰਮੇਦਾਰ ਆ ਫਿਰ ਕਹਿੰਦਾ ਬਾਈ ਜੀ ਧਿਆਨ ਰੱਖੋ ਦੇਖੋ ਟੂਰਨਾਮੈਂਟ ਸਾਰੇ ਨਗਰ ਨੇ ਕਰਾਇਆਗਾ ਤੁਸੀਂ ਸਾਥ ਦਿੱਤਾਗਾ ਸਾਨੂੰ ਟੂਰਨਾਮੈਂਟ ਦੇ ਲਈ ਇਸ ਲਈ ਬੇਨਤੀ ਹੈ ਵੀ ਕਿਰਪਾ ਕਰਕੇ ਧਿਆਨ ਰੱਖਣਾ ਕਿਸੇ ਨੇ ਸ਼ਰਾਰਤ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਸਾਰੇ ਕੋਈ ਨਾ ਗਰੀਬ ਕੋਈ ਨਾ ਆਪਾਂ ਬਹੁਤ ਧਾਰੀ ਬੋਲਦਾ ਹੁਣ ਤਾਂ ਉਹ ਆਪ ਪਹਿਲਾ ਜਿਹੜਾ ਮੈਚ ਲੱਗਣਾ ਬੁੱਟਰ ਦੇ ਦਾ ਤਿਆਗੀ ਠੀਕ ਹੈ ਜੀ ਚੱਕ ਰਾਮ ਸਿੰਘ ਵਾਲੇ ਖਾਰੇ ਦੀ ਟੀਮ ਰੈਡੀ ਮੈਚ ਸਮਾਪਤਾ ਜੀ ਦੱਸੀ ਵੀ ਕੌਣ ਜਿੱਤ ਗਿਆ ਜੋ ਪਧੌੜ ਦੀ ਟੀਮ ਜਿੱਤ ਗਈ ਜੀ ਨੋਟ ਕਰੋ ਪਧੌੜ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਠੀਕ ਹੈ ਜੀ ਲੈ ਬਲਾਰਾ ਜਿੱਤ ਗਈ ਬਈ ਪਧੌੜ ਦੀ ਟੀਮ ਨਾ ਕੋਈ ਨਾ ਕੋਈ ਬਹੁਤ ਬਹੁਤ ਧੰਨਵਾਦ ਆ ਬਾਈ ਦਰਸ਼ਕ ਵੀਰਾਂ ਦਾ ਹਾਂਜੀ ਪੰਜਾਬ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਬਾਈ ਜੀ ਮਾੜਾ ਜਿਹਾ ਗੇੜਾ ਰੱਖਣਾ ਤੁਸੀਂ ਵੀ ਇੱਕ ਚਾਹ ਲੈ ਕੇ
हाँ जी भाई बहुत बहुत धन्यवाद हमीरगढ़ तो साढ़े वीर शहीद भगत सिंह स्पोर्ट्स क्लब उन्होंने वालों 200 रुपया नाश्ते लिए भेजा बहुत बहुत धन्यवाद कमेटी तो खुश हो गए ला भी धन्यवाद तेन मोटरसाइकिल मिलना बधाई हूँ भाई देव का भी सम्मान हो असरब का भी होना मशीन के भाई बिट्टू जग भाई वाला भी आ जाए अपना सैद वाला आ जाए दुनिया पेपर का फाइनल यार दोनों मैचों बाद शहीद बाबा करतारदास क्लब बदाते वाले नौजवान बहुत तगड़ा टूरनामेंट कराते हैं जो मैच लगना बुटर बुटर की टीम अगली टीमों बेनती है खाला चक राम सिंह हेलो हाँ जी आ डॉक्टर बेनती है नेक अपने डॉक्टर आ गए जी आ गया मुंडा आ गया नाजवा बधाते टीम साडा गुआढ़ी पिंड है भाई मुंडे नवे नवे खेल आ गए इधर नाच मार के खेल रहे टीम दे बुटर वाले तो चले गए पिंड वाले पास जी बदातिया की टीम है यह चली गई मंडी वाले पास उधर नोनी वाल गए नौजवान साढ़े भी बहुत बहुत धन्यवाद इधर मैं देखना भी ठीक है जेड़ी टीम पुत्रांडी है इधर ले पास है जरूर करो जेड़े खेल दे कबड्डी और डांडली और गेंद दे आ मुंडा पहली कबड्डी बताते हैं मरो पारे कहने जद्दी पिंडा मुंडे टू होंड देख रहे भी एक कट्टू वाला ये कट्टू की टीम के खेल के गया पे त्राली अज बधाते वाले मुंडे ने धारा मांग लिया भी साडी टीम वालों कबड्डिया पाया ने हुण देख रहे भी किहड़ा मुंडा इस नौजवान आओ देख पुत्रां वाले ने कीती हुई कमाल ए फड़ लै लक लग गया जोर सिट लिया ए मारो ताली मुंडे दे नाल जोरदार शाबाश पॉइंट पहला पॉइंट पुत्रां दी टीम दे लई चल गई नौजवाना बोलने वाले गग्गा कहना जरा पुत्र वालों कबड्डी पा रहा गगनदीप सिंह पूरा ना पर गगा आखने उधर मान सम्मान हो रहे साढ़े वीर मैं जिते देखना भी आ गया जोगिंदर जी मिंड आ गया इधर बोने की धरती का गगनदीप सिंह गगा भाई एक बेनती है भी चाले रैफरियां दे ले जा पे उधर घोड़ा चंदन दा क्षेत्र जोधा चंदन बहुत बढ़िया खिलाड़ी है उसका सम्मान जरा किया जा रहा क्योंकि 14 कबड्डी कप के नौजवान बिट्टू साहब तो कहला कितने आ जी वह भी आ जी इधर बदातिया वाला नवा नवा मुंडा नवी नवी कबड्डी आ उधरले पासे नौजवान कहते पुत्रां वाला इको जी पट्टिया इको जो शरीर आ कबड्डी के तजर्बे वखो वखरे आ खिचो नौजवान ए क्या बात है क्या बात है थोड़ा जा ब्रेकां दे नाल लो ला के रखा कर हाँ हेलो ठीक है उधर भाई सरजीत सिंह जी फीलिंग स्टेशन से जिन्हां दा धन्नवाद आ जितने वाली टीम जी फर्स्ट आऊगी 1000 रुपया तो दूजे नंबर वाली 700 रुपया धन्नवाद है जी उन्हां दा बहुत बहुत धन्नवाद आ साडे मित्रां दा इधर मनदीप वर्गे नौजवान खेडा विचो खेड कबड्डी पंजाबी आंदी इस दे विच ही वस्ती लोको जन यार पंजाबी आंदी डांग मसाला चेहरे लगदे ने भलवाना दे विच मदानी परखे जांदे जोर जवाना दे सीटी मार अर्जना वे भुल गई मोड़ गलाबो करदा सीटी मार अर्जना वे फाइनल दी आंदी मसंतरालिया कांती हां जी एक बोल दे करो सरजीत पंप वाले बनियो बहुत बहुत धन्यवाद साडे नौजवान ठीक है ओके धन्यवाद अही टाइम गगन ग्राउंड च
ਜੇ ਕਿਸੇ ਖਿਡਾਰੀ ਨੂੰ ਕੋਲੇ ਆਉਣਾ ਆ ਸਕਦਾ ਹੈਗਾ ਬਿਲਕੁਲ ਜੀ ਬਿਲਕੁਲ ਅਗਲੀਆਂ 16 ਟੀਮਾਂ ਦੀ ਬਾਈ ਜੀ ਖਾਰੇ ਦੀ ਟੀਮ ਤੇ ਚੱਕਰਾਮ ਸਿੰਘ ਵਾਲੇ ਦੀ ਟੀਮ ਆ ਜਾਣ ਉਦੋਂ ਬਾਅਦ ਫਾਈਨਲ ਮੈਚ ਲੈਣ ਬਦਾਤਿਆਂ ਦੀ ਟੀਮ ਦੇ ਆ ਜਿਹੜਾ ਬੁੱਟਰਾ ਦਾ ਮੁਕਾਬਲਾ ਲੈ ਵੀ ਬਿੱਟੂ ਸਾਹਿਬ ਕੇ ਕਰੀ ਗੱਲ ਨੌਜਵਾਨ ਦੀ ਅਗਲੀ ਗੱਲ ਬਿੱਟੂ ਸਾਹਿਬ ਅੱਜ ਦਾ ਇਹ ਟੂਰਨਾਮੈਂਟ ਜੰਗੀਆਣੇ ਦੀ ਧਰਤੀ ਮਾਲਵੇ ਦਾ ਨਗਰ ਜ਼ਿਲ੍ਹੇ ਬਰਨਾਲੇ ਦਾ ਨਗਰ ਹੈ ਇਤਿਹਾਸਕ ਟੂਰਨਾਮੈਂਟ 11ਵਾਂ ਸ਼ਾਨਦਾਰ ਖੇਡ ਮੇਲਾ ਹਰ ਖੇਡ ਮੈਦਾਨ ਵਿੱਚ ਚੱਲਦੇ ਹੋਏ ਕਬੱਡੀ ਦੇ ਮੈਚ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਸਾਰੇ ਖਿਡਾਰੀਆਂ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਕਮੈਂਟੇਟਰਾਂ ਦਾ ਸਾਰੇ ਅਫੀਸਰਾਂ ਦਾ ਜਿੰਨੀ ਵੀ ਕਬੱਡੀ ਦੀ ਸੰਗਤ ਕਬੱਡੀ 365.com ਜ਼ਰੀਏ ਮੈਚਾਂ ਦਾ ਜਿਹੜਾ ਆਨੰਦ ਮਾਣੀ ਜਾ ਰਹੇ ਆ ਅਗਲੇ ਰਾਊਂਡ ਦੀਆਂ ਟਾਈਆਂ ਖੇਡ ਮੈਦਾਨ ਦੇ ਵਿੱਚ ਬਿੰਦਰ ਕਾਂਗੜਾ ਇੰਟਰਨੈਸ਼ਨਲ ਖਿਡਾਰੀ ਤੇ ਪ੍ਰਬੰਧਕ ਵੀਰ ਰਲ ਮਿਲ ਕੇ ਅੱਜ ਦੇ ਜਿਹੜੀ ਕਾਰਗੁਜ਼ਾਰੀ ਕਰਵਾ ਰਹੇ ਆ ਹਾਂਜੀ ਬਾਈ ਜੀ ਬੇਜਪੀਆਂ ਵਾਲੇ ਆਹ ਕੋਡਲਸ ਦੀ ਆਵਾਜ਼ ਖੋਲ ਦੇ ਸਾਊਂਡ ਵਾਲਿਆ ਚੱਕ ਦੇ ਬਦੇ ਪਤਾ ਰੱਖਣਾ ਚਾਹੀਦਾ ਕਿਹੜਾ ਮੁੰਡਾ ਕਿਹੜੇ ਪਿੰਡ ਦਾ ਉਧਰ ਦੇਖ ਕੱਟੂ ਵਾਲਾ ਬਾ ਹੋਏ ਬੁੱਲਿਆ ਪੁੱਟਰਾ ਵਾਲਾ ਬੱਲੇ 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 ਗੁੱਟ ਫੜਿਆ ਗਿਆ ਇਹ ਇੱਥੇ ਰੱਖ ਕਿਆ ਬਾਤ ਹੈ ਇਹਨੂੰ ਕਹਿੰਦੇ ਟਿੰਡੇ ਨਾਲ ਢੋਲ ਕੇ ਆਏ ਸਰਕ ਦੀ ਅਜੇ ਦਿਨ ਵਾਰ ਹੁਣ ਲੱਗ ਗਿਆ ਜੱਫਾ ਇਹਦੇ ਵਿੱਚ ਪੁੱਟਰਾਂ ਦੀ ਟੀਮ ਜੇਤੂ ਆ ਜੀ ਨੋਟ ਕਰੋ ਹੁਣ ਚੱਕਰਾਮ ਸਿੰਘ ਵਾਲੇ ਦੀ ਟੀਮ ਦਾ ਮੈਚ ਜਿਹੜਾ ਲੱਗਣਾ ਗਾ ਉਧਰ ਫੈਦੋ ਵਾਲਾ ਬਲਜੀਤ ਬਹੁਤ ਵਧੀਆ ਜਾਫੀ ਹੈ ਕਿਉਂਕਿ ਸਰਕਾਰ ਜੰਗੀ ਨੌਜਵਾਨ ਚੱਕਾਂ ਦੀ ਟੀਮ ਲਈ ਬਾਰਾਂ ਵਾਲੀ ਦਾ ਸ਼ੀਰਾ ਉਧਰ ਕੰਮਾ ਖਾਰੇ ਵਾਲਾ ਲੱਖਾ ਮੈਂ ਦੇਖ ਸਾਰੇ ਸਰਕਾਰ ਦੇ ਮਿੱਤਰਾਂ ਪਿਛਲੇ ਦਿਨ ਕੋਟ ਭਾਈ ਦੇ ਕਬੱਡੀ ਕੱਪ ਦੇ ਬਹੁਤ ਤਕੜਾ ਖੇਡੇ ਟਾਈਆਂ ਪੈ ਰਹੀਆਂ ਨੇ ਲੈ ਵੀ ਬਿੱਟੂ ਕਰੀ ਗੱਲ ਅਗਲੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਚੱਕਰਾਮ ਸਿੰਘ ਵਾਲਾ ਵਰਸੀ ਖਾਰਾ ਦੋਨੇ ਟੀਮਾਂ ਦੇ ਦਰਮਿਆਨ ਅੱਜ ਦਾ ਇਹ ਡੇ ਨਾਈਟ ਮੈਚ ਮਾਲਵੇ ਦੀ ਧਰਤੀ ਹੈਲੋ ਹੈਲੋ ਜਿਹੜੇ ਆਪਣੇ ਫੌਜੀ ਰੌਂਦੇ ਵਾਲਾ ਮੁੰਡੇ ਆਏ ਆ ਗੱਡੀ ਕੋਲ ਜਾਵੜ ਨੇ ਯਾਰ ਉਹ ਡਿੱਗੀ ਜਾਂਦਾ ਹੈਗਾ ਰੌਂਦੇ ਵਾਲੇ ਫੌਜੀ ਨਾਲ ਮੁੰਡੇ ਜਿਹੜੇ ਆਏ ਆ ਉਹ ਗੱਡੀ ਕੋਲ ਜਾਵੜ ਨੂੰ ਬਾਈ ਜੀ ਮੂਸਲੇ ਗਰਾਊਂਡ ਚ ਲੱਗੇ ਆ ਜਾਓ ਬਾਈ ਜੀ ਆ ਜਾਓ ਇਹ ਤੋਂ ਬਾਅਦ ਫਾਈਨਲ ਮੈਚ ਆ ਜੀ 75 ਕਿਲੋ ਦਾ ਕੜਿਆਲ ਦੀ ਟੀਮ ਦੇ ਮਹਾਰਾਜ ਨਾਲ ਟਾਈਆਂ ਪੈ ਰਹੀਆਂ ਨੇ ਫਾਈਨਲ ਆ ਜੀ 75 ਦਾ ਮੈਨੂੰ ਕਿਹਾ ਵੀਰਾਂ ਨੇ ਚੱਲ ਕੋਈ ਨਾ ਧੰਨਵਾਦ ਆ ਜੀ ਚੱਕਾਂ ਦੇ ਪੰਜਾਬੀ ਵਰਗੇ ਨੌਜਵਾਨ 18 ਤਰੀਕ ਕਬੱਡੀ ਕੱਪ ਦੀ ਚਰਮਨ ਕੋਚ ਜੀ ਦੱਸਦੇ ਵੀ ਉੱਥੇ ਦੀਪਰੇ ਨੂੰ ਮੋਟਰਸਾਈਕਲ ਦੇਣਾਗਾ ਜਿਵੇਂ ਅੱਜ ਸੋਨੀ ਦਾ ਸਨਮਾਨ ਹੋਇਆਗਾ ਜੰਗੀਆਣੇ ਵਾਲੇ ਦਾ ਬਿੱਟੂ ਸਿਆਹ ਉਵੇਂ ਇਹਨਾਂ ਦੇ ਇੱਕ ਮੁੰਡਾ ਦੀਪੜਾ ਉਹਨੂੰ ਮੋਟਰਸਾਈਕਲ ਮਿਲਣਾਗਾ ਬਾਈ ਨਿੱਕੀ ਹੈਲੋ ਸਨਮਾਨ ਕਰਿਆ ਹਾਂਜੀ ਹਾਂਜੀ ਗੇਡਿੰਗ ਜੇਤੂ ਹੈ ਜੋ ਇਹਦੇ ਵਿੱਚੋਂ ਜੇਤੂ ਜੀ ਪੁੱਤਰ ਠੀਕ ਆ ਜੀ ਓਕੇ ਬਾਈ ਬਾਈ ਇਕੱਲਾ ਕਰੋ ਬੇਟੇ ਵੀ ਬੇਨਤੀ ਯਾਰ ਉੱਥੇ ਇਹਨਾਂ ਬੰਦੇ ਉਹਨੂੰ ਤੰਗ ਕਰਦੇ ਆ ਕੇ ਜਾ ਕੇ ਕਿ ਬਾਬਾ ਆਪੇ ਤਖਤ ਬਿਠਾ ਦਿੰਦਾ ਬੰਦਾ ਹੋਵੇ ਨਾ ਬੇਜੀਤ ਕੁੜੇ ਵਾਹਿਗੁਰੂ ਦੀ ਮਿਹਰ ਇਸ ਨਗਰ ਤੇ ਕਬੱਡੀ ਜੱਗ ਦਾ ਖਿੜਿਆ ਹੋਇਆ ਗੁਲਾਬ ਚੱਕਰਾਮ ਸਿੰਘ ਵਾਲਾ ਵਰਸੀ ਚ ਖਾਰਾ ਦੋਨੇ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ ਕਿ ਦਰਸ਼ਕ ਤਾੜੀਆਂ ਤੇ ਕਲਕਾਰੀਆਂ ਮਾਰਦੇ ਹੋਣ ਪੂਰਾ ਫਸਿਆ ਪਿਆ ਹੋਵੇ ਮੈਚ ਲੁੱਟੋ ਗਰਾਊਂਡ ਵਿੱਚ ਨਾ ਵਾਧੂ ਕੋਈ ਬੰਦਾ ਹੋਵੇ ਤੇ ਹੋਵੇ ਦਰਸ਼ਕਾਂ ਵੱਲੋਂ ਨਾ ਕੋਈ ਵੀ ਸ਼ਿਕਾਇਤ ਲੁੱਕੋ ਦੋਨੇ ਟੀਮਾਂ ਦੇ ਵਿੱਚ ਸਟਾਰ ਖੇਡਣ ਹੁੰਦਾ ਇੱਕ ਇੱਕ ਕੀਮਤੀ ਪੁਆਇੰਟ ਲੁੱਕੋ ਕਮੈਂਟਰੀ ਕਰਦੇ ਹੋਣ ਪ੍ਰੋਫੈਸਰ ਸਾਹਿਬ ਜਾਂ ਮੱਖਣ ਵਾਲੀ ਫਿਰ ਬਣਦਾ ਹੈ ਸੁਣ ਦੇ ਲਾਇਕ ਲੁੱਕੋ ਵਧਾਉਣ ਵਾਲਿਆ ਮਾਲਵੇ ਦੀ ਅੱਜ ਕੱਲ੍ਹ ਕਬੱਡੀ ਚੱਲਦੀ ਹੈ ਡੇ ਨਾਈਟ ਲੁੱਕੋ ਕਬੱਡੀ ਚੱਲਦੀ ਹੈ ਡੇ ਨਾਈਟ ਲੁੱਕੋ ਡੇ ਨਾਈਟ ਦੇ ਮੇਰੇ ਵੀਰ ਮੈਚ ਅੱਜ ਜੰਗੀਆਂ ਇਸ ਪਵਿੱਤਰ ਗਰਾਊਂਡ ਵਿੱਚ ਹੈ ਇੱਕ ਬੇਨਤੀ ਹੈ ਬਾਈ ਜੀ ਕਿਰਪਾ ਕਰਕੇ ਇੱਥੇ ਜਿਹੜੇ ਸਾਉਣ ਵਾਲਿਆ ਹੁਣ ਨਜ਼ਾਰਾ ਆਉਂਦਾ ਬਲਕਾਰ ਸਿੱਧੂ ਕਾਰ ਕੇਅਰ ਵਾਲਾ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਹਾਸਲ ਕਰ ਲਵੇ ਹਾਂਜੀ ਬਹੁਤ ਬਹੁਤ ਧੰਨਵਾਦ ਆ ਬਾਈ ਲਓ ਜੀ ਨੋਟ ਕਰੋ ਖਾਰੇ ਦੀ ਟੀਮ ਜਿਹੜੀ ਚਲੀ ਗਈ ਆ ਮੁੰਡੇ ਰਾਮ ਮਰ ਗਿਆ ਡੱਗੋਰ ਵਾਲੇ ਦਾ ਸ਼ੇਵਕਾ ਸ਼ਕਤੀਮਾਨ ਕੰਮਾਂਗਾ ਖਾਰੇ ਵਾਲਾ ਚਾਰੇ ਜਾਫੀ ਹੈ ਉਧਰ ਸਾਡੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਮੀਰਗੜ੍ਹ ਵਾਲੇ ਪ੍ਰਧਾਨ ਬਲਜਿੰਦਰ ਸਿੰਘ ਜੀ ਐਲਾਨ ਕਰਦੇ ਬਲਜੀਤ ਜਿੰਨੇ ਵੀ ਜੱਫੇ ਲਾਵੇਗਾ ਇੱਕ ਇੱਕ 100 ਦਾ ਮਾਨ ਸਨਮਾਨ 500 ਦਾ ਮਾਨ ਸਨਮਾਨ ਕਾਮਰੇਡ ਨਰਮਣ ਸਿੰਘ ਜੀ ਔਰ ਉਹ ਵੀ ਐਲਾਨ ਕਰਦੇ ਪਿੰਦੀ ਰੌਲੀ ਵਾਲਾ ਬਲਜੀਤ ਜਿੰਨੇ ਵੀ ਜੱਫੇ ਲਾਵੇਗਾ ਇੱਕ ਇੱਕ 100 ਦਾ ਮਾਨ ਸਨਮਾਨ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਲੱਖਾਂ ਮੇਰੇ ਵੀਰੋ ਕਬੱਡੀ ਪਾਉਣ ਦੀ ਵਜ੍ਹਾ ਹੋਇਆ ਚੱਕਰਾਮ ਸਿੰਘ ਵਾਲੇ ਦੀ ਟੀਮ ਦਾ ਇਹ ਜਾਫੀ ਫਸਿਆ ਪਿਆ ਮੈਚ ਡੇਢ ਪੁਆਇੰਟ ਦੀ ਗੱਲ ਹੋਣ ਜਾ ਰਹੀ ਹੈ ਮੇਰੇ ਵੀਰੋ ਤੇ ਅੱਜ ਇਸ ਨੌਜਵਾਨ ਖਿਡਾਰੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੰਜਾਬੀ ਨਾਮ ਇਸ ਨੌਜਵਾਨ ਦਾ ਮੇਰੇ ਵੀਰੋ ਬਿੱਟੂ ਸਿਆਹ ਇਹ ਮੁੰਡੇ ਨੇ ਕਟਾਰਿਆਂ ਦੇ ਕਬੱਡੀ ਕੱਪ ਦੇ ਨੁਕਰਾ ਜਿੱਤਿਆ ਪਿਛਲੇ ਦਿਨ 28 ਤਰੀਕ ਨੂੰ ਕੋਟਫਤਿਹ ਦੇ ਕਬੱਡੀ ਕੱਪ ਦੇ ਸਨੀ ਢਿੱਲੋਂ ਜੀ ਦੀਪ ਨਿਊ ਬੱਸ ਵਾਲੇ ਵੀਰਾਂ ਨੇ ਉਹਨਾਂ ਦੀ ਅਕੈਡਮੀ ਲਈ ਖੇਡਣ ਵਾਲਾ ਨੌਜਵਾਨ ਕਹਿੰਦੇ 7000 ਲੱਗ ਗਿਆ ਸੀ ਪੰਜਾਬੀ ਦੀ ਕਬੱਡੀ ਤੇ ਉਧਰ ਖਾਲੇ ਵਾਲਾ ਸ਼ਕਤੀਮਾਨ ਡੱਗੋਰ ਵਾਲੇ ਦਾ ਸਰਨਾ ਕੰਮਾ ਚਾਰੇ ਜਿਹੜੇ ਜਾਫੀ ਹੈ ਇੱਕ ਪਾਸੇ ਡੱਗੋਰ
ਮਾਲੇ ਦਾ ਨੌਜਵਾਨ ਮੈਂ ਦੇਖਦਾ ਵੀ ਸੇਫ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਪੁਆਇੰਟ ਚੱਕਾ ਵਾਲਾ ਪੰਜਾਬੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਗੱਲ ਮੈਂ ਬਿੱਟੂ ਜੀ ਇਹਦੇ ਖੇਡ ਮੈਦਾਨ ਦੇ ਵਿੱਚ ਖਾਰੇ ਦੀ ਟੀਮ ਤਰਫੋਂ ਇਹ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਭੋਲਾ ਸਾਡਾ ਵੀਰ ਸਾਦੋਕੇ ਵਾਲਾ ਐਪੀਸੋਡ ਦੇ ਵਿੱਚ ਬਲਵਿੰਦਰ ਖੁਰੀ ਕਹਿਲਗਿਰੀ ਨਾਲ ਹੀ ਗੁਰਪ੍ਰੀਤ ਸਿੰਘ ਜੀ ਗੁੱਗੀ ਹੋਰੀ ਕਬੱਡੀ ਦੇ ਮੈਚਾਂ ਦਾ ਆਨੰਦ ਮਾਣੀ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਆਓ ਦੇਖੋ ਸਾਹਮਣੇ ਮੇਰੇ ਵੀਰੋ ਚੱਕ ਰਾਮ ਸਿੰਘ ਵਾਲੀ ਦੀ ਟੀਮ ਦਾ ਇਜਾਫੀ ਫਸਿਆ ਪਿਆ ਮੈਚ ਹੈ ਉੱਡਦੀ ਹੋਈ ਧੂੜ ਹੈ 9:22 ਦਾ ਸਮਾਂ ਕੈਨੇਡਾ ਦੇ ਵਿੱਚ ਮੇਰੇ ਵੀਰੋ 8:40 ਦਾ ਸਮਾਂ ਇਹ ਚੜਿਆ ਤੇ ਪੁਆਇੰਟ ਇਸ ਨੌਜਵਾਨ ਧਾਵੀ ਨੇ ਉਧਰ ਸਾਡੇ ਵੀ ਨਰਿੰਦਰ ਸਿੰਘ ਜੀ ਨੀਟੂ ਉਹਨਾਂ ਦੇ ਹਾਲ ਸਾਹਿਬ ਜੋਗਾ ਸਿੰਘ ਜੀ ਉਹ ਵੀ ਕਬੱਡੀ 365 ਨਾਲ ਜੁੜੇ ਆ ਆ ਕਹਿੰਦੇ ਵੀ ਪਾਲੇ ਵਾਲੀ ਪਿੰਡ ਆ ਸ਼ੀਰੇ ਦਾ ਜਦੋਂ ਕੋਟੜ ਦਾ ਕਬੱਡੀ ਕੱਪ ਖਾ ਸੀ ਬਿੱਟੂ ਸਿਆ ਬਹੁਤ ਵੱਡੀਆਂ ਕਬੱਡੀਆਂ ਪਾਈਆਂ ਸੀ ਕਾਲੋਕਿਆਂ ਦੀ ਟੀਮ ਦੇ ਲਈ ਮੈਂ ਦੇਖਦਾ ਵੀ ਇੱਕ ਪਾਸੇ ਐਕਸਲੈਂਟ ਟੀਮ ਦੇ ਲਈ ਉਧਰ ਖਾਰੇ ਵਾਲਾ ਸ਼ਕਤੀਮਾਨ ਕਿਆ ਬਾਤ ਹੈ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਹਾ ਸੀ ਪਰ ਪੁਆਇੰਟ ਆਪਣੀ ਟੀਮ ਦੇ ਲਈ ਜਿੱਤੇ ਚੱਕਾਂ ਦੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹਾਂ ਅਗਲੀਆਂ ਟੀਮਾਂ ਪੇਪਰ ਵਾਲੀਆਂ ਫਾਈਨਲ ਦੀਆਂ ਉਹ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆ ਜਾਣ ਲੱਖੇ ਦੀ ਕਬੱਡੀ ਆ ਇੱਧਰ ਸਾਡੇ ਵੀਰਾਂ ਦਾ ਧੰਨਵਾਦ ਆ ਹਾਂ ਵੀ ਡਾਕਟਰ ਖੇਡ ਮੈਦਾਨ ਦੇ ਵਿੱਚ ਲੱਖਾਂ ਕਬੱਡੀ ਪਾਉਣ ਦੀ ਵਜ੍ਹਾ ਹੋਇਆ ਇੱਕ ਅੰਨੀ ਬਲਜੀਤ ਸਾਦੋ ਕੇੜਾ ਜਲਾ ਧੂਰ ਕੋਟੀਆਂ ਮਾਰ ਕਰਦਾ ਬਲਜੀਤ ਦੇ ਉੱਤੇ ਯੂਨੀਵਰਸਿਟੀ ਵਿੱਚ ਵਸਿਆ ਹੋਇਆ ਟਾਈਆਂ ਪਾ ਦਿਓ ਜੀ ਨਾਲੇ ਫਿਰ ਮੈਚ ਕਹਿੰਦੇ ਛੋਟੀ ਸ਼ੈਣੀ ਹੁੰਦੀ ਹੈ ਕਾਡਰ ਭਾੜ ਦਿੰਦੀ ਹੈ ਛੋਟੀ ਮਰੂਦੀ ਹੁੰਦੀ ਹੈ ਟੱਕ ਪਲਟੀ ਲਵਾਉਂਦੀ ਹੈ ਪਰ ਆਹ ਨੌਜਵਾਨ ਮੈਂ ਦੇਖਦਾ ਵੀ ਪਾਸੇ ਚੱਕਾ ਵਾਲਾ ਪੰਜਾਬੀ ਹੈ ਮੇਰਾ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਇਹਨਾਂ ਦਾ ਕੋਚ ਝਰਮਲ ਉਧਰ ਦੀਪੜੇ ਨੂੰ ਕਹਿੰਦੇ ਮੋਟਰਸਾਈਕਲ ਮਿਲਣਾਗਾ ਜਿਹੜਾ ਨੌਜਵਾਨ ਮੈਂ ਦੇਖਦਾ ਵੀ ਗਰਾਊਂਡ ਦੇ ਵਿੱਚ ਫਿਰਦਾ ਵਾਰਮ ਅਪ ਔਰ ਵਾਲੀ 18 ਤਰੀਕ ਨੂੰ ਲਓ ਅਗਲੀਆਂ ਟੀਮਾਂ 75 ਦੀਆਂ ਫਾਈਨਲ ਪਹਿਲਾ ਮੈਚ ਜੇਠੂਗੇ ਤੇ ਬੀਲਾ ਦੂਜਾ ਮੈਚ ਜੀ ਮਾਣੂ ਕੇ ਗਿੱਲ ਇਹ ਮੈਚ ਵਧੀਆ ਲੱਗਿਆ ਤਾੜੀਆਂ ਆਪ ਹੀ ਮਾਰਨੀ ਹੈ ਤੁਸੀਂ ਮਾਣੂ ਕੇ ਗਿੱਲ ਵਰਸਿਸ ਭਾਗਪੁਰ ਗਗੜਾ ਦੋਨੇ ਟੀਮਾਂ ਦੇ ਦਰਮਿਆਨ ਜਿਹੜਾ ਮੇਰੇ ਵੀਰੋ ਅਗਲੇ ਰਾਊਂਡ ਦਾ ਦੂਜਾ ਮੈਚ ਖੇਡਿਆ ਜਾਣਾ ਪੰਜ ਗਰਾਈ ਤੇ ਲੋਪੋ ਇਹ ਵੀ ਟੀਮਾਂ ਬਿਲਕੁਲ ਰੈਡੀ ਰਹਿਣ ਸੰਤ ਹਰਨਾਮ ਦਾਸ ਕਲੱਬ ਜੰਗੀਆਣਾ ਸੰਤ ਹਰਨਾਮ ਦਾਸ ਕਲੱਬ ਜੰਗੀਆਣਾ ਵਰਸਿਸ ਕੌਂਕੇ ਵਰਸੀ ਕੌਂਕੇ ਅਲਕੜਾ ਵਰਸੀ ਭਾਈ ਰੂਪਾ ਏ ਅਲੀਪੁਰ ਖਾਲਸਾ ਤੇ ਮੋਹਨਦਾਸ ਕੁਟੀਆ ਕੋਟ ਸੁਖੀਆ ਰਮਾਣਾ ਅਜੀਤ ਸਿੰਘ ਵਰਸੀ ਭਦੌੜ ਠੀਕ ਹੈ ਠੀਕ ਹੈ ਹਾਂਜੀ ਜਿਹੜੀ ਟੀਮ ਜਿੱਤੇਗੀ ਉਹ ਬੁੱਤਰਾਂ ਨਾਲ ਖੇਡੂਗੀ ਠੀਕ ਹੈ ਜੀ ਹਾਂਜੀ ਧੰਨਵਾਦ ਆ ਭਾਈ ਮੁੰਡਿਆਂ ਨੇ ਬਹੁਤ ਵਧੀਆ ਡਾਈਆਂ ਪਾਈਆਂ ਨੇ ਕਿਉਂਕਿ ਸਾਰਿਆਂ ਦੇ ਸਾਹਮਣੇ ਲੋ ਖਾਰੇ ਵਾਲੇ ਨੌਜਵਾਨ ਦੀ ਮੈਂ ਦੇਖਦਾ ਰਾਮ ਵਰਗੇ ਸਾਡੇ ਮਿੱਤਰਾਂ ਕਬੱਡੀ ਪੈ ਰਹੀ ਹੈ ਲੱਖੇ ਜੀ ਉਧਰ ਚੱਕਾ ਵਾਲਾ ਕੁਲਦੀਪ ਸਿੰਘ ਕਹਿੰਦੇ ਕੁਲਦੀਪ ਸਿੰਘ ਨੌਜਵਾਨ ਚੁਕੇਰੀਆਂ ਦੇ ਕਬੱਡੀ ਕੱਪ ਦਾ ਆ ਪਿਛਲੇ ਦਿਨ 9 ਤਰੀਕ ਨੂੰ ਕਹਿੰਦੇ ਨੌਜਵਾਨ ਸ਼ੋਸ਼ਣ ਦੇ ਕਬੱਡੀ ਕੱਪ ਦੀ ਬੈਸਟ ਟੀਮ ਸੀ ਚੱਕਾਂ ਦੀ ਵੱਡੇ ਉੱਟ ਫੇਰ ਕਰਨ ਵਾਲੀ ਹੈ ਬਿੱਟੂ ਸਿੰਘ ਜਦੋਂ ਰਾਮਪੁਰੇ ਦੇ ਕਬੱਡੀ ਕੱਪ ਦੇ ਚੱਕਾਂ ਦੀ ਟੀਮ ਨੇ ਕਹਿੰਦੇ ਤਕੜੀਆਂ ਟੀਮਾਂ ਹਰਾਤੀਆਂ ਉਦੋਂ ਬਾਅਦ ਚੱਕਾਂ ਦੀ ਟੀਮ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਮੈਂ ਦੇਖਦਾ ਕਾਬ ਨੂੰ ਖੇਡਦੀ ਹੋਈ ਖੇਡ ਮੈਦਾਨ ਦੇ ਵਿੱਚ ਇਸ ਨੌਜਵਾਨ ਮੇਰੇ ਵੀਰੋ ਪਈ ਹੋਈ ਕਬੱਡੀ ਆਪਾਂ ਦੇਖ ਰਹੇ ਹਾਂ ਇੱਕ ਪਾਸੇ ਸੀਰਾ ਪਾਲਿਆਂ ਵਾਲੀ ਪਿੰਡ ਹੈ ਪਰ ਇਹ ਪੁਆਇੰਟ ਸੀਰਾ ਆਪਣੀ ਟੀਮ ਮੇਰੇ ਵੀਰੋ ਚੱਕ ਰਾਮ ਸਿੰਘ ਵਾਲੇ ਦੇ ਹਿੱਸੇ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਨਾਲ ਸਾਡੇ ਵੀਰ ਪਿੰਡੀ ਉਰੀ ਕੈਨੇਡਾ ਗੋਪੀ ਜੀਤੀ ਉਰੀ ਕਹਿੰਦੇ ਬਲਜੀਤ ਜਿੰਨੇ ਵੀ ਜੱਫੇ ਲਾਵੇਗਾ ਕਿਰਪਾ ਕਰਕੇ ਮੈਨੂੰ ਬਾਈ ਬੋਲ ਲੈ ਬਲਜੀਤ ਜਿੰਨੇ ਵੀ ਜੱਫੇ ਲਾਵੇਗਾ 200 ਦਾ ਮਾਨ ਸਨਮਾਨ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਕੋਈ ਬਾਈ ਗੁੱਸਾ ਨਾ ਕਰੇ ਜੇ ਕੋਈ ਇੱਧਰ ਉੱਧਰ ਹੋ ਗਿਆ ਇੱਥੇ ਹੀ ਆ ਸਾਰੇ ਮੈਚ ਦੇਖ ਕੇ ਜਾਣਗੇ ਕਿਰਪਾ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਆ ਇਹ ਪੁਆਇੰਟ ਕਿਹਦਾ ਬਾਈ ਬਿੱਲੇ ਫੈਸਲਾ ਕਰੀ ਪੁਆਇੰਟ ਇਸ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮੇਰਾ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਬਿਹਤਰ ਦੀਆਂ ਫਾਈਨਲ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੋ ਜੀ ਲੈ ਵੀ ਨੌਜਵਾਨ ਬਿੱਟੂ ਸਿੰਘ ਜਿਵੇਂ 14 ਨੂੰ ਕਹਿੰਦੇ ਵੀ ਕੱਲ੍ਹ ਨੂੰ ਬਰਗਾੜੀ ਦੇ ਕਬੱਡੀ ਕੱਪ ਦਾ ਲਾਸਟ ਦਿਨ 14 ਨੂੰ ਟੱਲਿਆ 15 ਤਰੀਕ ਨੂੰ ਇਧਰ ਡੱਗੋ ਰਮਾਣੇ ਵਾਲਾ ਏ ਦੂਜੇ ਪਾਸੇ ਸੇਵਕ 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 ਪੰਜਾਬੀ ਲੱਗਿਆ ਹੋਇਆ ਜੋਰ ਇੱਕ ਪਾਸੇ ਚੱਕਾ ਵਾਲਾ ਪੰਜਾਬੀ ਤੇ ਡੱਗੋ ਰਮਾਣੇ ਦਾ ਸੇਵਕ ਭੈਣ ਜਾਫੀ ਦਾ ਭੈਣ ਜਾਫੀ ਦਾ ਅਗਲੇ ਮੈਚ ਦੀਆਂ ਟੀਮਾਂ ਖੇਡ ਮੈਦਾਨ ਦੇ ਨਾਲ ਆਣ ਕੇ ਜੁੜਿਆ ਸਾਡੀ ਬੇਨਤੀ ਆ ਆਓ ਆਪਾਂ ਦੇਖੀਏ ਹਾਂਜੀ ਪਹਿਲਾ ਮੈਚ ਜੇਠੂਗੇ ਦੇ ਬੀਲੇ ਆਉਣ ਜੀ
ਜੇਠੂ ਕਹਿੰਦੇ ਦੀ ਟੀਮ ਤੇ ਫਿਲੋ ਦੀ ਟੀਮ ਨੂੰ ਬੇਨਤੀ ਹੈ ਵੀ ਪਹਿਲਾਂ ਗਰਾਊਂਡ ਚ ਆ ਜਾ ਜੀ ਮਾਨੋਗੇ ਗੱਲਾਂ ਤੇ ਭਾਨਪੁਰ ਗਗੜਾ ਪੰਜ ਗਰਾਈ ਦੇ ਲੋਪੋਗੇ ਉਦੋਂ ਬਾਅਦ ਬਾਬਾ ਹਰਾਂ ਦਾ ਕਲਬ ਜੰਗੀਆਂ ਤੇ ਬਾਬਾ ਰੋਹਨ ਸਿੰਘ ਕੌਂਗਿਆਂ ਦੀ ਟੀਮ ਇਧਰ ਵਾਲਿਆਂ ਵਾਲੀ ਦੀ ਧਰਤੀ ਦਾ ਜਸੀਰ ਸਿੰਘ ਸੀਰਾ ਜਿੱਥੇ ਮੈਂ ਦੇਖਦਾ ਸੀ ਪੇਪਰ ਦਾ ਮੈਚ ਉਹਨਾਂ ਨੇ ਕਿਹਾ ਪ੍ਰਬੰਧਕਾਂ ਨੇ ਹਾਜ਼ਰੀ ਕਰਾਉਣਾ ਉਹ ਵੀਰ ਮੈਨੂੰ ਆ ਕੇ ਦੱਸ ਗਏ ਇੱਕ ਪਾਸੇ ਵਾਲਿਆਂ ਵਾਲੀ ਦਾ ਸ਼ੀਰਾ ਹੋ ਜਾਂਦਾ ਨੌਜਵਾਨ ਵਾਲਿਆਂ ਵਾਲੀ ਦੇ ਕਬੱਡੀ ਕੱਪ ਦੇ ਕਹਿੰਦੇ ਬੁਲਟ ਦੇ ਨਾਲ ਸਨਮਾਨ ਹੋਇਆ ਲਓ ਖਾਰੇ ਵਾਲਾ ਆ ਨੌਜਵਾਨ ਲਖਵੀਰ ਸਿੰਘ ਲੱਖਾ ਅੱਗੇ ਵਾਲਾ ਹੋਏ ਥੋੜਾ ਜਿਹਾ ਨੌਜਵਾਨ ਪਲੇਅਰਾਂ ਨੂੰ ਕਹਿੰਦੇ ਵੀ ਚਾਹ ਫੈਮ ਜਿਹੜੇ ਵਿਚਾਰੇ ਕਰ ਲਓ ਚੱਕਾਂ ਦੇ ਚਾਰੇ ਜਾਫੀਏ ਕੀਪਾ ਸਰਪੰਚ ਨਾਲ ਮੈਂ ਦੇਖਣਾ ਵੀ ਉਧਰਲੇ ਪਾਸੇ ਬੱਬੂ ਆ ਨਾਲ ਮੁੰਨਾ ਗਾ ਨਾਲ ਸੈਦੋ ਵਾਲਾ ਬਲਜੀਤ ਸਿੰਘ ਆ ਇੱਕ ਪਾਸੇ ਜਫਾਰਾ ਦਾ ਹੋਇਆ ਫਲੱਡ ਜਾਫੀ ਇਸ ਨੌਜਵਾਨ ਨੇ ਪਿਛਲੇ ਦਿਨ ਫਲੱਡ ਕਬੱਡੀ ਦਾ ਬਲਜੀਤ ਕੀ ਅੜੀ ਉੱਤੇ ਆਇਆ ਜੱਟ ਛੱਡੇ ਅਚਨਾ ਕੌਡੀ ਦਾ ਸਾਡੀ ਜਿੰਦ ਜਾਨ ਕੀਤੀ ਇੱਕ ਕਬੱਡੀ ਦਾ ਫਲੱਡ ਬਹੁਤ ਤਕੜਾ ਮੇਰੇ ਵੀਰੋ ਜੱਫਾ ਲੱਗ ਪੁਆਇੰਟ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਇੱਕ ਪਿੱਛੋਂ ਵਾਲਾ ਇੱਕ ਹਠੂਰ ਵਾਲਾ ਇੱਕ ਮੱਲੇ ਵਾਲੇ ਨਾਲ ਸ਼ੀਰਾ ਇੱਕ ਬੁੱਗੀ ਪੁੜੀਆ ਇੱਕ ਚੂੜ ਚੱਕ ਦਾ ਸ਼ੀਰਾ ਤੇ ਸ਼ੀਰਾ ਬਾਲਿਆਂ ਵਾਲੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉੱਧਰ ਦੇਖ ਰਹੇ ਹੋ ਨੌਜਵਾਨ ਗਬਰੂ ਖਾਰੇ ਵਾਲਾ ਜਿਹੜਾ ਮੁਕਤਸਰ ਦੀ ਧਰਤੀ 40 ਮੁਕਤਿਆਂ ਦੀ ਧਰਤੀ ਲੱਗਿਆ ਪਿਆ ਜੋ ਸਵਾਲ ਆ ਗਿਆ ਮੇਰੇ ਵੀਰੋ ਇਸ ਮੈਚ ਦਾ ਸਵਾਲ ਆ ਗਿਆ ਕੰਮੇ ਨੇ ਬਹੁਤ ਤਕੜਾ ਜੱਫਾ ਲਾ ਕੇ ਸਾਰੇ ਖੇਡ ਪ੍ਰੇਮੀਆਂ ਦਾ ਦਿਲ ਸੈਦੋ ਵਾਲਾ ਬਲਜੀਤ ਬਲਜੀਤ ਮੇਰੇ ਵੀਰੋ ਇਸ ਵੇਲੇ ਲਾ ਤਕੜਾ ਜੱਫਾ ਨੁਕਰੇ ਦਾ ਜੇਤੂ ਮੋਟਰਸਾਈਕਲਾਂ ਦਾ ਸਕੂਟਰਾਂ ਦਾ ਜੇਤੂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਸਿਰੇ ਜਿੱਤੇ ਹਰਜੀਤ ਨੇ ਬਹੁਤ ਤਕੜਾ ਜੱਫਾ ਲਾਇਆ ਪੰਜਾਬੀ ਮੇਰੇ ਵੀਰੋ ਖੇਡ ਮੈਦਾਨ ਦੇ ਚਗੜੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਖਾ ਕੇ ਮੱਖਣੀ ਤੇ ਚੁੱਲ ਮੱਜਾ ਪੂਰੀਆਂ ਸ਼ੀੜੀਆਂ ਮਾਵਾਂ ਦੇ ਪੁੱਤ ਆ ਗਏ ਨੇ ਦਲੇਰ ਵੇਖੋ ਕੋਈ ਖਣਵਾਈ ਫਿਰੇ ਮੋਢੇ ਉੱਤੇ ਖੰਡਾ ਤੇ ਕੋਈ ਖਣਵਾਈ ਫਿਰੇ ਡਾਲੇ ਉੱਤੇ ਸ਼ੇਰ ਵੇਖੋ ਦੋਨੇ ਟੀਮਾਂ ਵਿੱਚ ਟੌਪ ਦੇ ਖਿਡਾਰੀ ਨੇ ਕਿਹਦੇ ਉੱਤੇ ਹੋ ਪਰਮਾਤਮਾ ਦੀ ਮੇਹਰ ਦੇਖੋ ਵਧੀਆ ਖਿਡਾਰੀ ਦਾ ਖਿਤਾਬ ਕਿਹਦੇ ਹਿੱਸੇ ਆਉਣਾ ਮੋਟਰਸਾਈਕਲ ਦਾ ਵਧਾਉਣ ਵਾਲਾ ਪਾਊ ਕਿਹੜਾ ਜੇਰ ਵੇਖੋ ਬਾਈ ਜੀ ਸੈਦੋ ਵਾਲੇ ਬਲਜੀਤ ਦੇ ਲਈ ਦੋ ਜੱਫੇ ਲਾਏ ਨੇ ਸਾਡਾ ਵੀਰ ਉਧਰ ਸੀਤ ਭਗਤ ਸਿੰਘ ਸਪੋਰਟਸ ਕਲੱਬ ਹਮੀਰਗੜ੍ਹ ਵਾਲੇ ਮਿੱਤਰ ਉਹਨਾਂ ਵੱਲੋਂ ₹1000 ਸੈਦੋ ਵਾਲੇ ਬਲਜੀਤ ਦੇ ਲਈ ਆਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਿੱਤਰਾਂ ਦਾ ਹੁਣ ਜਿਹੜਾ ਬੀਲੇ ਦੀ ਟੀਮ ਦੇ ਜੇਠੂ ਕਹਿੰਦਾ ਮੈਚ ਆ ਜੀ ਗਰਾਊਂਡ ਦੇ ਵਿੱਚ ਆਓ ਲੈ ਵੀ ਬਲਜੀਤ ਸਿੰਘ ਤੇਰੇ ਲਈ ਵੱਡਾ ਮਾਨ ਸਨਮਾਨ ਅੱਜ ਮੈਂ ਦੇਖਦਾ ਵੀ ਪਿਛਲੇ ਦਿਨ 5 ਤਰੀਕ ਨੁਕਰਿਆਂ ਦਾ ਜੇਤੂ ਨੌਜਵਾਨ ਅੱਜ ਮੈਦਾਨ ਦੇ ਵਿੱਚ ਹਮੀਰਗੜ੍ਹ ਵਾਲੇ ਵੀਰਾਂ ਦਾ ਧੰਨਵਾਦ ਪਲੀਜ਼ ਬੇਨਤੀ ਹੈ ₹1000 ਜੀ ਬਲਜੀਤ ਜੀ ਮੇਰੇ ਕੋਲ ਤੁਹਾਡਾ ਪਹਿਲਾਂ ਬੀਲੇ ਦੀ ਟੀਮ ਨੂੰ ਬੇਨਤੀ ਹੈ ਵੀ ਉਹਨਾਂ ਦਾ ਮੈਚ ਜੇਠੂ ਕਾਲੇ ਮੁੰਡੇ ਦਾ ਗਰਾਊਂਡ ਚ ਆ ਗਿਆ ਜੀ ਜੇਠੂ ਕਾਲੇ ਨੂੰ ਬੇਨਤੀ ਹੈ ਵੀ ਗਰਾਊਂਡ ਚ ਆ ਜਾਓ ਉਧਰ ਸਾਡੀ ਜ਼ਿੰਦਗੀ ਦੇ ਬਾਅਦ ਸਤਿਕਾਰਯੋਗ ਵੀਰ ਬਲਵਿੰਦਰ ਆਪ ਸੋੜ ਕੈਨੇਡਾ ਦੇ ਵਿੱਚ ਕਹਿਲਗਿਰੀ ਦੇ ਵਿੱਚ ਸਾਡੇ ਵੀਰ ਭੋਲੇ ਉਰੀ ਸਾਦੋ ਦੇ ਵਾਲੇ ਦੇ ਨਾਲ ਸਾਡਾ ਬਾਈ ਗੁੱਪੀ ਸਿੰਘ ਜੀ ਗੁੱਗੀ ਜੰਗੀਆਣੇ ਦੇ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣੀ ਜਾ ਰਹੇ ਆ kabaddi365.com ਜਰੀਏ ਬਹੁਤ ਬਹੁਤ ਧੰਨਵਾਦ ਹੈ ਯਾਰਾਂ ਦੇ ਯਾਰ ਅਗਲੇ ਮੈਚ ਦੀਆਂ ਟੀਮਾਂ ਖੇਡ ਮੈਦਾਨ ਦੇ ਨਾਲ ਅੱਜ ਜੁੜ ਜਾਣ ਹਾਂਜੀ ਨੋਟ ਕਰੋ ਇਸ ਮੈਚ ਦੀ ਜਿਹੜੀ ਜੇਤੂ ਟੀਮ ਆ ਗਈ ਉਹ ਚੱਕਰਾਮ ਸਿੰਘਲ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਜੀ ਰੋਡ ਕੋਚ ਪ੍ਰਜੀਤ ਜੀ ਬਾਈ ₹1000 ਸਾਡੇ 8 ਪੁਆਇੰਟ ਆ ਖਾਰੇ ਦੇ ਤੇ ਚੱਕਰਾਮ ਸਿੰਘਲ ਦੇ 10 ਪੁਆਇੰਟ ਆ ਹਾਂਜੀ ਇਹਦੇ ਵਿੱਚ ਚੱਕਰਾਮ ਸਿੰਘਲ ਦਾ ਜੇਤੂ ਹੈ ਜਿਹੜੇ ਪੈਸੇ ਬੋਲੇ ਸੀ ਜੀ ਬਲਜੀਤ ਦੇ ਲਈ ਉਹ ਪੈਸੇ ਬਹੁਤ ਬਹੁਤ ਧੰਨਵਾਦ ਦੇ ਜੀ ਬਾਕੀ ਹੁੰਦਾ ਦੂਜੇ ਵੀ ਬੋਲੇ ਸੀ ਠੀਕ ਹੈ ਠੀਕ ਹੈ ਬਾਈ ਨਹੀਂ ਮੁੰਡਾ 2-3 ਦਿਨ ਹੋਊਗਾ ਸਕੋਰ ਲਿਖ ਦੇਣ ਸਹੀ ਪਾਇਆ ਕੋਈ ਨਾ ਬਈ ਸ਼ੱਕ ਬੰਦ ਆ ਕੋਈ ਨਾ ਓਏ ਭਰਾਵਾ ਦੇਖ ਲਾ ਸਾਡੇ ਦੇ ਗੱਲ ਭਾਈ ਕੁਲਦੀਪ ਮੁਬਾਰਕਵਾਲ ਆ ਅੱਜ ਦੀ ਪੂਰੀ ਸਪੋਰਟਸ ਕਲੱਬ ਨੀਟੇ ਵਰਗੇ ਨੀਟੂ ਵਰਗੇ ਸਾਡੇ ਵੀਰ ਜਗਸੀਰ ਵਰਗੇ ਹੈਲੋ ਭਾਲ ਵਰਗੇ ਬਾਈ ਜੀ ਬੇਨਤੀ ਹੈ ਬੀਲੇ ਵਾਲੇ ਮੁੰਡੇ ਬਾਈ ਮੁਸਰੇ ਜਿਹੜੇ ਬਿਲਕੁਲ ਲੈ ਕੇ ਜੀ ਮੁਸਰੇ ਬਾਈ ਜੀ 9:30 ਦੱਸਤਾ ਟਾਈਮ ਹੈ ਮੈਨੂੰ ਵੀਰਾਂ ਨੇ ਦੱਸਿਆ ਜੇਠੂ ਕਹਿੰਦੇ ਦਾ ਮੁੰਡੇ ਆ ਗਏ ਬੀਲੇ ਵਾਲੇ ਆ ਜਾਓ ਮੁੰਡੇ ਕਿਹੜੇ ਕਿਹੜੇ ਕੰਮ ਦੇ
ਬਈ ਉਹ ਸਾਡੇ ਵਾਲੇ ਵਲਜੀਤ ਦਾ 1000 ਰੁਪਿਆ ਸੀ ਬਾਈ ਹਮੀਰਗੜ੍ਹ ਵਾਲੇ ਤੇ 2 ਜਿੱਤਿਆ ਠੀਕ ਹੈ ਰੱਖੇ ਆ ਬਹੁਤ ਬਹੁਤ ਧੰਨਵਾਦ ਹੈ ਬਾਈ ਜੀ ਸਾਡੇ ਲਈ ਤੁਸੀਂ ਸਤਿਕਾਰਯੋਗ ਸਾਰੇ ਮਿੱਤਰ ਆ ਜਿਹੜਾ ਮੈਚ ਲੱਗਣਾਗਾ ਬੀਲੇ ਦੀ ਟੀਮ ਤੇ ਜੇਠੂਗੇ ਉਸ ਤੋਂ ਬਾਅਦ ਮੈਚ ਲੱਗਣਾ ਮਾਨੂ ਕੇ ਗਿੱਲ ਤੇ ਗਗੜਾ ਪੰਜ ਗਲਾਈਆਂ ਦੇ ਲੋਕੋ ਬੁੱਟਰਾ ਨੇ ਖੇਡਣਾਗਾ ਚੱਕਰਾਮ ਸਿੰਘਾਂ ਦੇ ਨਾਲ ਤੇ ਬਾਬਾ ਹਰਨਾਮ ਦਾਸ ਕਲੱਬ ਜੰਗੀਆਣਾ ਖੇਡੂ ਬਾਬਾ ਰੋਡੂ ਰਾਮ ਕਲੱਬ ਕੌਂਕਿਆਂ ਦੇ ਨਾਲ ਮੋਹਣਾ ਪੁੱਤਰ ਝੋੜਾ ਵਾਲਾ ਸੋਨੀ ਪਿਛਲੇ ਦਿਨ ਕਹਿੰਦੇ ਕਾਲਸਾ ਦੇ ਕਬੱਡੀ ਕੱਪ ਦੇ ਸੋਨੀ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਇਆ ਉੱਥੇ ਮੈਂ ਦੇਖਦਾ ਵੀ ਰਾਏ ਸਾਹੀ ਗੁਰਦੀਪ ਸਿੰਘ ਉਹਨਾਂ ਦੀ ਟੀਮ ਦੇ ਲਈ ਖੇਡਣ ਵਾਲਾ ਨੌਜਵਾਨ ਦੋ ਪਲੇਅਰ ਬਾਹਰਲੇ ਪਿੰਡਾਂ ਦੇ ਆ ਜੇਠੂਗਿਆਂ ਦੀ ਟੀਮ ਦਾ ਮੈਚ ਮਿੱਠੂ ਸਿੰਘ ਜੀ ਬੱਟ ਬਾਕਸ ਵਾਲਿਓ ਤੁਹਾਡਾ ਮੈਚ ਨਾ ਕਰਾ ਦਈਏ ਹਾਂ ਨੋਟ ਕਰੋ ਜੀ ਜੇਠੂਗਿਆਂ ਦੀ ਟੀਮ ਵਾਧੂ ਬੰਦਾ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਨਾ ਆਵੇ ਜੀ ਇਹ ਬੇਨਤੀ ਹੈ ਕਿਉਂਕਿ ਰਸਮਾਲਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਗਾ ਕਿਉਂਕਿ ਬੜਾ ਪਿਆਰਾ ਕਿਰਾੜਾ ਦਾ ਨਗਰ ਦਾ ਵੀ ਪੂਰਾ ਮਸ਼ਹੂਰ ਨਗਰ ਬਾਬਾ ਬਖਤਾ ਜੀ ਜੇਠੂਗੇ ਦੀ ਗਈ ਕਾਲੇ ਕਿਹੜੇ ਪਾਸੇ ਜਾਓਗੇ ਤੁਸੀਂ ਫਿਰ ਮੈਂ ਦੱਸਾਂ ਫੁੱਲੇ ਵਾਲੀ ਹਰਵੇ ਝੋੜਾ ਵਾਲਾ ਸੋਨੀ ਸੰਨਾ ਵਾਲਾ ਨੌਜਵਾਨ ਅੱਜ ਮੈਂ ਦੇਖਦਾ ਮੋਹਣਾ ਉਹਨਾਂ ਦੀ ਟੀਮ ਦੇ ਲਈ ਕਬੱਡੀ ਪਾ ਰਿਹਾ ਧੰਨਵਾਦ ਜਿਹੜੇ ਖੇਡਦੇ ਕਬੱਡੀ ਉਹ ਡੰਡ ਨਹੀਂ ਉਹ ਗਿਣਦੇ ਖੀਤੀਆਂ ਨੂੰ ਲੱਗੇ ਕਦੇ ਖੀਤੀਆਂ ਨਹੀਂ ਗਿਣਦੇ ਕਬੱਡੀ ਦਾ ਜੂਨ ਜਿਹੜੇ ਚੋਪਰ ਨੇ ਲਾ ਲਿਆ ਨਾਗਰੇ ਵਾਲਿਆ ਉਹ ਨਾਮ ਉਸਨੇ ਜੱਗ ਤੇ ਕਮਾ ਲਿਆ ਹਾਂਜੀ ਸਾਡੇ ਕੋਲੇ ਭੋਲਾ ਐਂਡ ਪਾਰਟੀ ਪਹੁੰਚ ਗਈ ਹੈ ਭੋਲਾ ਸਿੰਘ ਠੇਕੇਦਾਰ ਐਂਡ ਪਾਰਟੀ ਭੋਲਾ ਸਿੰਘ ਠੇਕੇਦਾਰ ਐਂਡ ਪਾਰਟੀ ਉਹਨਾਂ ਦਾ ਅਨੁਵਾਦ ਕਰਦੇ ਹਾਂ ਠੀਕ ਹੈ ਖਰਚਾ ਪਾਣੀ ਲੈ ਲਓ ਹਾਂ ਉਹ ਪਿਆਰ ਨਾਲ ਆਪਾਂ ਤਾਂ ਪਿਆਰ ਨਾਲ ਕਹਿਣਾ ਮੈਨੂੰ ਪਤਾ ਠੇਕੇਦਾਰ ਉਹਦਾ ਲੈ ਲਿਆ ਪਹਿਲੇ ਹੀ ਹਾਂ ਉਹ ਤਾਂ ਮੈਨੂੰ ਬਾਜ ਹੀ ਦੱਸਦੀ ਆ ਹਾਂ ਮਿੱਤਰ ਕਿਉਂਕਿ ਜਿਹੜੀ ਅੰਦਰ ਜਦੋਂ ਸਾਨੂੰ ਪਤਾ ਚਾਹ ਪਾਣੀ ਅੰਦਰ ਲੰਘ ਜਾ ਚਾਹ ਪਾਣੀ ਤੜਕੇ ਦੇ ਪੀ ਜਾਂਦੇ ਆ ਹੁਣ ਜਿਹੜਾ ਮੈਚ ਬੀਲੇ ਦੀ ਟੀਮ ਦਾ ਮੁਕਾਬਲਾ ਜੇਠੂਗਿਆਂ ਦੇ ਨਾਲ ਆਪਾਂ ਵੇਖਦੇ ਹਾਂ ਉਧਰ ਮਾਸੀ ਗੁਰਪ੍ਰੀਤ ਸਿੰਘ ਜੀ ਪਾਰਾ ਮੈਂਬਰ ਸੀ ਜੀ ਗਈ ਗਈ ਤੇ ਨਾਲ ਪ੍ਰਗਟ ਸਿੰਘ ਜੀ ਕੋਚ ਸਾਧੋ ਗਵਾਲੇ ਵੀ ਕੇਕੇ ਤਰ ਦੇ ਪੁੱਜੇ ਬਹੁਤ ਧੰਨਵਾਦ ਹੈ ਕੱਕੂ ਹੁਰਾਂ ਦਾ ਸ਼ੇਰੂ ਹੁਰਾਂ ਦਾ ਕਾਕੇ ਸ਼ੇਰੂ ਪ੍ਰਧਾਨ ਹੁਰਾਂ ਦਾ ਧੰਨਵਾਦ ਹੈ ਯਾਰਾਂ ਦੇ ਯਾਰ ਯਾਰਾਂ ਦੇ ਐਮ ਐਲ ਏ ਸਾਢੇ ਅੱਠ ਦੇ ਨੌ ਪੁਆਇੰਟ ਇੱਕ ਪੁਆਇੰਟ ਵਧਾ ਅਗਲੀ ਟੀਮ ਪੰਜ ਗਰਾਈਆਂ ਦੇ ਲੋਕੋ ਪਹਿਲਾਂ ਮਾਨੂ ਕੇ ਗਿੱਲ ਦੇ ਭਾਗਪੁਰ ਗਗੜਾ ਜੇਠੂਗਿਆਂ ਦੀ ਟੀਮ ਚਲੀ ਗਈ ਜੀ ਮੰਡੀ ਵਾਲੇ ਪਾਸੇ ਪਹਿਲੀ ਕਬੱਡੀ ਸੰਨਾ ਗੁਲਾਬ ਸਿੰਘ ਵਾਲਾ ਮੁੰਡਾ ਪਾ ਰਿਹਾ ਮੋਹਣਾ ਸੰਨਾ ਗੁਲਾਬ ਸਿੰਘ ਦੀ ਚੜ੍ਹਾਈ ਕਿਵੇਂ ਹੋਈ ਹੈ ਬੱਟੂ ਸਿਆ ਕਹਿੰਦੇ ਜਿੱਥੇ ਤਰ੍ਹਾਂ ਗ੍ਰੰਥ ਹੋਣਾ ਪੈਂਦਾ ਹੁੰਦਾ ਕਿਉਂਕਿ ਪਿੰਡ ਦੀ ਖਾਸੀਅਤ ਦੱਸਣੀ ਵੀ ਜ਼ਰੂਰੀ ਹੈ ਪਹਿਲੀ ਕਬੱਡੀ ਪੈ ਰਹੀ ਹੈ ਉਧਰਲੇ ਪਾਸੇ ਮੈਂ ਦੇਖਦਾ ਪਿਆਰਾ ਪਹਿਲਾ ਜੱਫਾ ਲਾਉਂਦਾ ਹੋਇਆ ਆਪਣੀ ਟੀਮ ਲਈ ਪਾਰ ਭਾਗਪੁਰ ਗਗੜਾ ਤੇ ਮਾਨੂ ਕੇ ਗਿੱਲ ਅਗਲੇ ਮੈਚ ਵਾਲੀ ਗਰਾਊਂਡ ਦੇ ਵਿੱਚ ਹਾਜ਼ਰ ਪੰਜ ਗਰਾਈਆਂ ਦੇ ਲੋਕੋ ਚੱਕਰਾਮ ਸਿੰਘ ਵਾਲਾ ਦੇ ਬੁੱਟਰਾ ਇਹ ਵੀ ਨੋਟ ਕਰ ਲਓ ਜੀ ਤੁਸੀਂ ਆਪਣਾ ਸੁੱਖੇ ਛਿੰਦੇ ਆਪਣਾ ਬਾਈ ਨੋਟ ਕਰ ਲਓ ਸਾਰੇ ਵੀ ਜਿੰਨੇ ਵੀ ਆ ਸਾਡੇ ਝੋੜਾ ਪਿੰਡ ਸੋਨੀ ਦਾ ਬੀਲੇ ਦੀ ਟੀਮ ਲਈ ਕਬੱਡੀ ਪਾ ਰਿਹਾ ਉਧਰ ਜੇਠੂਗੇ ਵਾਲੇ ਨੌਜਵਾਨ ਕਹਿੰਦੇ ਨੇ ਪਾਪਾ ਜੀ ਬਹੁਤ ਤਕੜੇ ਖੇਡੇ ਆ ਕਾਲਾ ਜੱਫਾ ਲਾ ਰਿਹਾ ਪਰ ਝੋੜਾ ਵਾਲਾ ਸੋਨੀ ਅੱਜ ਬੀਲੇ ਦੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੀ ਗੱਲ ਬਿੱਟੂ ਸਰ ਖੇਡ ਮੈਦਾਨ ਦੇ ਵਿੱਚ ਜੇਠੂਗੇ ਦੀ ਟੀਮ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਹੈ ਔਰ ਉਧਰ ਚਾਰ ਜਾਫੀ ਹੈ ਇੱਕ ਕੰਨੀ ਦੇ ਨੌਜਵਾਨ ਮੇਰੇ ਹੀਰੋ ਖੇਡ ਕਬੱਡੀ ਦਾ ਜੂਨੀਅਰ ਏਕਮ ਕਾਲਾ ਬੀਲੇ ਦਾ ਨਾਲ ਪਿਆਰੇ ਵਰਗੇ ਤੇ ਚੌਂ ਜਾਫੀਆਂ ਦੇ ਵਿੱਚ ਕਿਹੜਾ ਨੌਜਵਾਨ ਗੱਭਰੂ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜੇਗਾ ਇਹ ਤੇ ਸਮਾਂ ਬਲਵਾਨ ਹੈ ਕਿ ਮੌਕਾ ਆ ਗਿਆ ਤੇਰਾ ਖਿਡਾਰੀ ਆਵੇ ਕਰ ਹੌਸਲਾ ਮੈਦਾਨ ਅੰਦਰ ਜਿੱਤ ਹੱਥ ਰੱਬ ਦੇ ਵੱਸ ਹੁੰਦੀ ਹੌਸਲਾ ਚਾਹੀਦਾ ਹਰ ਇਨਸਾਨ ਅੰਦਰ ਹੌਸਲਾ ਚਾਹੀਦਾ ਹਰ ਇਨਸਾਨ ਅੰਦਰ ਵਾਹ ਪਿਆਰੇ ਦੇ ਨਾਲ ਪਰੇ ਪੁਆਇੰਟ ਇਸ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪਾਵੀ ਨੌਜਵਾਨ ਅਗਲੀ ਕਬੱਡੀ ਦਿਖਾ ਕੋਈ ਜਰਗਾ ਖੇਡ ਮੈਦਾਨ ਦੇ ਵਿੱਚ ਗੁੱਤਿਆ ਹੋਇਆ ਸਰੀਰ ਬੀਲੇ ਦੀ ਧਰਤੀ
ਮਹਾਨ ਕਬੱਡੀ ਖਿਡਾਰੀ ਜੱਗੇ ਹੋਰਾਂ ਦਾ ਪਿੰਡ ਹੈ, ਕਾਲੇ ਹੋਰਾਂ ਨੇ ਨਾਮ ਕਮਾਇਆ, ਪਿਆਰੇ ਹੋਰਾਂ ਨੇ ਮਿਹਨਤ ਹੋਰਾਂ ਨੇ। ਹੈਲੋ ਉਹ ਭਾਈ ਸਮਾਂ ਉਹ ਆਪਦੇ ਮੋਟਰਸਾਈਕਲ ਕੋਲ ਵਗ ਜਾ, ਸੁਣ ਨਹੀਂ ਬੋਲਦਾ। ਇਹ ਸਾਡੇ ਮਿੱਤਰ ਭਾਈ, ਆਪਦੇ ਮਿੱਤਰਾਂ ਨੂੰ ਫੋਨ ਕਰੋ। ਇਹ ਦੋ ਭਰਾ ਨੇ ਜਿਹੜਾ ਕਬੱਡੀ ਵਾਲੇ ਕਿ ਜੀਤਾ ਦੇ ਮੋਹਣਾ, ਲੰਬਾ ਸਮਾਂ ਬਿੱਟੂ ਸਿੰਘ ਮੋਹਣਾ ਢਿਲਮਾਂ ਦੀ ਟੀਮ ਲਈ ਭੱਜੀ ਲਈ ਖੇਡਿਆ। 19 ਤਰੀਕ ਢਿਲਮਾਂ ਦੇ ਟੂਰਨਾਮੈਂਟ ਦੀ ਫੋਟ ਦਿੱਤੇ ਜਾ ਰਹੇ ਆ। ਉਧਰ ਬੀਲੇ ਵਾਲਾ ਨੌਜਵਾਨ ਕਾਲਾ, ਸਾਡੇ ਵੀ ਜੱਗੀ ਭਲਵਾਨ ਵਰਗੇ ਨੂੰ ਥੋੜਾ ਦੁੱਖ ਜੂੜੇ ਮੰਨਦਾ ਗਾ, ਕਿਉਂਕਿ ਕਾਲੇ ਦੇ ਸਾਡੇ ਵਿੱਚ ਜਿੱਥੇ ਜੱਗੀ ਦੇ ਸੀਸ ਲੱਗੀ ਹੈ ਮਾੜਾ ਵਾਲੇ ਦੇ। ਲਓ ਇੱਕ ਪਾਸੇ ਬਿੱਲਾ ਫੈਸਲਾ ਕਰਦਾ ਵੀ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਲਈ, ਸੰਨੇ ਵਾਲੇ ਨੌਜਵਾਨ ਕੇਸਰੀਆ ਦੀ ਟੀਮ ਦੇ ਇੱਕ ਪੁਆਇੰਟ ਜੋੜਦਾ ਭਾਰ ਉਹ ਗਗੜਾ ਦੀ ਟੀਮ ਦੇ ਮਾਨੂ ਕੇ ਗਿੱਲ ਕਿਰਪਾ ਕਰਕੇ ਬੇਨਤੀ ਹੈ। ਉਹਦੇ ਬਾਅਦ ਪੰਜ ਗਰਾਈਆਂ ਦੇ ਲੋਕੋ ਲਾ ਚੋੜਾ ਵਾਲੇ ਸੋਨੀ ਦੀ ਪੇਸ਼ੀ ਵੱਡੀ ਆ। ਉਧਰ ਪਾਸੇ ਮੈਂ ਦੇਖਦਾ ਜਿਹੜਾ ਗੱਭਰੂ ਪਾਸੇ ਕਾਣੇ ਵਰ ਗਿਆ, ਨਾਲ ਕਹਿੰਦੇ ਵੀ ਫੂਲੇ ਵਾਲੀ ਆ ਹਰਮੇਲ ਆ, ਕਿਹੜਾ ਵੱਡਾ ਜੱਫਾ ਲਾਊਗਾ। ਆ ਕਹਿੰਦੇ ਫੂਲੇ ਵਾਲੀ ਆ ਹਰਮੇਲ ਸਿੰਘ ਜੱਫਾ ਲਾਦਾ ਹੋਇਆ ਆਪਣੀ ਟੀਮ ਦੇ ਲਈ। ਸੋਨੀ ਤੇ ਥੋੜੀ ਜਿਹੀ ਸੱਟ ਲੱਗੀ ਆ ਪਰ ਵਾਹਿਗੁਰੂ, ਕਿਉਂਕਿ ਇਹ ਗੇਮ ਹੀ ਐਸੇ ਆ ਸਾਡੇ ਨੌਜਵਾਨ ਮਿੱਤਰੋ। ਲਾ ਉਧਰ ਪਿੰਦਰ ਕਬੱਡੀ ਪਾਉਣ ਦਾ ਵਾਅਦਾ ਹੋਇਆ। ਅਗਲੀ ਗੱਲ ਬਿੱਟੂ ਜੀ, ਜਿਹਦੇ ਪਿੰਦਰ ਦੀ ਖੇਡ ਮੈਦਾਨ ਦੀ ਚੱਲੇ ਵੀਰ ਪਈ ਕਬੱਡੀ ਵੀਲੇ ਦੀ ਟੀਮ ਤਰਫੋਂ ਚਾਹੋ ਜਾਤੀਆਂ ਵਿੱਚੋਂ ਕਿਹੜਾ ਨੌਜਵਾਨ ਲੋ ਕਾਲਾ, ਸਾਡਾ ਕਾਲਾ ਹੀ ਸਰਦਾਰ, ਗੋਰਿਆਂ ਨੂੰ ਦਫਾ ਕਰੋ। ਮੈਂ ਰੋਟੀ ਤਾਂ ਖਾਊ ਜੇ ਸਾਡਾ ਕਾਲਾ ਖਾਊ ਨਾਲ, ਗੋਰਿਆਂ ਨੂੰ ਦਫਾ ਕਰੋ। ਇਹ ਵੀ ਨੌਜਵਾਨ ਗੱਭਰੂ ਕੈਨੇਡਾ ਦੇ ਮੈਟਰੋ ਕਬੱਡੀ ਕਲੱਬ ਦੇ ਲਈ ਆਪਣੀ ਖੇਡ ਦਾ ਜਲਵਾ ਦਿਖਾਉਣ ਵਾਲਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਬਿਲਕੁਲ ਰੈਡੀ ਰਹਿਣ, ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਪੱਟਾਂ ਵਿੱਚ ਜਾਣ ਹੋਵੇ, ਡੌਲਿਆਂ ਤੇ ਮਾਣ ਹੋਵੇ, ਫਿਰ ਹੀ ਬਗਾਨੇ ਪੁੱਤਾਂ ਵਿੱਚ ਰੇਡ ਪੈਂਦੀ ਆ। ਇੱਜ਼ਤ ਦਾ ਸਾਂਝਾ ਹੋਵੇ, ਨਸ਼ਿਆਂ ਤੋਂ ਵਾਂਝਾ ਹੋਵੇ, ਰੱਬ ਦੀ ਨਿਗਾਹ ਸਿੱਧੀ ਉਹਦੇ ਉੱਤੇ ਰਹਿੰਦੀ ਆ। ਭਲਵਾਨਾਂ ਵਾਲੀ ਤੋਰ ਹੋਵੇ, ਛਾਤੀ ਵਿੱਚ ਜ਼ੋਰ ਹੋਵੇ, ਚੜ੍ਹਦੀ ਜਵਾਨੀ ਫਿਰ ਹੱਟ ਪਿੱਛੇ ਕਹਿੰਦੀ ਆ। ਗਰੀਬੀ ਜਦੋਂ ਦੂਰ ਹੋਵੇ, ਨਾਮ ਮਸ਼ਹੂਰ ਹੋਵੇ, ਭਲਾਉਣ ਵਾਲਾ ਫਿਰ ਨਾ ਹੀ ਘਾਟ ਕੋਈ ਰਹਿੰਦੀ ਆ, ਭਲਾਉਣ ਵਾਲਾ ਫਿਰ ਨਾ ਹੀ ਘਾਟ ਕੋਈ ਰਹਿੰਦੀ ਆ। ਘਾਟਾਂ ਪੂਰੀ ਹੋਈਆਂ ਕਿਹਦੇ ਆ ਅਮਰਤ, ਕਬੱਡੀ ਬਾਈ ਫਾਈ ਵਾਲੀ ਦਾ ਤੇ ਕਮਲ ਲਾਂਗੜੀਆਂ ਦਾ ਜਿਹੜਾ ਅੱਜ ਜੰਗੀ ਅੰਡੀ ਪ੍ਰਬੰਧਕ ਟੂਰਨਾਮੈਂਟ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਜਿਹੜੇ ਕਬੱਡੀ ਬਾਈ ਫਾਈ ਪੇਜ ਤੇ ਹਰ ਇੱਕ ਟੂਰਨਾਮੈਂਟ ਨੂੰ, ਹਰ ਇੱਕ ਕਬੱਡੀ ਕੱਪ ਨੂੰ, ਹਰ ਇੱਕ ਖਿਡਾਰੀ ਨੂੰ ਪ੍ਰਮੋਟ ਕਰਦੇ ਆ, ਮੇਰੇ ਵੀਰ ਅਪਡੇਟ ਕਰਦੇ, ਬਹੁਤ ਬਹੁਤ ਧੰਨਵਾਦ ਆ। ਲੈ ਵੀ ਤਕਸੀਰ ਇੱਕ ਸਾਈਡ ਤੇ ਉੱਤੇ ਆਪਾਂ ਮੱਚਾਂ ਦਾ ਆਨੰਦ ਮਾਣੀਏ। ਲੈ ਵੀ ਕਾਤੀ ਸਰਨਾਉਜਨ ਨੂੰ ਵੀ ਕਹਿੰਦੇ ਗਗਨ ਪੱਠਲੂਰਾ ਨੇ ਮੋਟਰਸਾਈਕਲ ਦੇ ਕੇ ਮਾਣ ਦਿੱਤੀ ਆ। ਝੋੜਾ ਪਿੰਡ ਸਰਨਾਉਜਨ ਖਿਡਾਰੀ ਦਾ ਸੰਤ ਮਹਾਂਪੁਰਸ਼ਾਂ ਦੀ ਧਰਤੀ, ਇਸ ਵੇਲੇ ਨੌਜਵਾਨ ਗੱਭਰੂ ਸੋਨੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਬਹੁਤ ਬਹੁਤ ਧੰਨਵਾਦ ਹੈ ਜੀ, ਕਿਉਂਕਿ ਮੈਚ ਵੀ ਬਹੁਤ ਪਿੰਦਰ ਵਰਗੇ ਨਾਲ ਜੇਠੂ ਕਹਿੰਦੀ ਟੀਮ ਦਾ ਮੁਕਾਬਲਾ ਦੇਖਣਾ ਜ਼ਿਲ੍ਹੇ ਵਾਲੇ ਨੌਜਵਾਨਾਂ ਦਾ। ਇੱਧਰ ਅਮਰਤ ਬੱਸੀਆਂ, ਅਮਰਤ ਸਾਡਾ ਵੀਰ ਕਬੱਡੀ ਵਾਈ ਫਾਈ ਪੇਜ ਵਾਲੇ ਦਾ ਜਿਹੜਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਜੰਗੀਆਂ ਦੀ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ, ਤੇ ਨਾਲ ਕਮਲ ਲਾਂਗੜੀ ਔਰਾਂ ਦਾ ਮਾਣ ਸਨਮਾਨ, ਗੁਰਦੀਪ ਔਰਾਂ ਦੇ ਨਾਲ, ਜਗਸੀਰ ਔਰਾਂ ਦੇ ਨਾਲ, ਪ੍ਰਬੰਧਕ ਵੀਰਾਂ ਦੇ ਨਾਲ, ਕਬੱਡੀ ਦੇ ਨਾਲ ਗੂੜੀਆਂ ਰਿਸ਼ਤੇਦਾਰੀਆਂ, ਗੂੜੇ ਪਿਆਰ ਆ, ਕਬੱਡੀ ਨੂੰ ਦਿਲ ਦੇ ਵਿੱਚ ਵਸਾਈ ਬੈਠੇ ਆ। ਕਹਿੰਦੇ ਬੀਲੇ ਵਾਲੇ ਪਾਲੇ ਦਾ ਜੱਫਾ ਲੱਗਦਾ, ਮੈਂ ਸਮਾਪਤਾ ਜੀ, ਬੀਲੇ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਵੀ ਨੋਟ ਕਰੀ। ਹੁਣ ਮੈਚ ਲੱਗਣਾ ਮਾਨੂ ਕੇ ਗਿੱਲ ਤੇ ਭਾਰਤਪੁਰ ਗਗੜਾ, ਪਿਆਰਾ ਬੀਲੇ ਵਾਲਾ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਹਾਸਲ ਕਰ ਲਵੇ। ਠੀਕ ਹੈ, ਪਿਆਰਾ ਬੀਲੇ ਵਾਲਾ। ਇਹਦੇ ਬਾਅਦ ਜਿਹੜਾ ਮੈਚ ਲੱਗਣਾ ਜੀ, ਲੋਕੋ ਹੈਲੋ, ਹਾਂਜੀ ਬੀਲੇ ਟੀਮ ਜਿੱਤਗੀ, ਬੀਲੇ ਦੀ ਟੀਮ ਨੂੰ ਭਿੰਦਰ ਸਿੰਘ ਵੱਲੋਂ 500 ਰੁਪਏ ਇਨਾਮ ਦਿੱਤਾ ਜਾਂਦਾ ਗਾ, ਬੀਲੇ ਟੀਮ ਨੂੰ 500 ਰੁਪਏ ਇਨਾਮ ਭਿੰਦਰ ਸਿੰਘ ਵੱਲੋਂ। ਹਾਂਜੀ ਸੁੱਕੇ ਕੀ ਗੱਲ ਹੈ ਜੀ, ਭਾਗਪੁਰ ਗਗੜੇ ਵਾਲੇ ਮੁੰਡੇ ਤਾਂ ਆ ਗਏ, ਮਾਨੂ ਕੇ ਗਿੱਲਾਂ ਨਾਲ ਇਹਨਾਂ ਦਾ ਮੈਚ ਆ, ਤਾਂ ਸੋਚ ਕੇ ਜੀ ਸੀਤੇ ਵੱਟ ਤੇਰੀ ਜ਼ਿੰਮੇਵਾਰੀ ਸਾਂਭਾ ਕੇ ਉੱਥੇ ਸਾਰੀ। ਹੈਲੋ ਕਾਂਤੀ, ਹਾਂਜੀ ਆਵਾਜ਼ ਮਾਨੋ ਬਿੱਟੂ ਟਾਈਮ ਤੇ ਯਾਰ, ਹੁਣ ਮੈਂ ਕਿਹਾ ਸਾਰਾ ਟਾਈਮ ਹੀ ਬਿੱਟੂ ਬੋਲੂਗਾ ਜੀ, ਮਾੜਾ ਜਿਹਾ ਕੋਈ ਸਾਰਾ ਟਾਈਮ ਬਿੱਟੂ ਦਾ, ਹਾਂ ਚੱਲ ਬਈ ਬਿੱਟੂ ਚੱਕਦੇ ਫੱਟੇ। ਹਾਂਜੀ ਮੂਸਰੇ ਜਿਹੜੇ ਵੀਰ ਕੋਲ ਜੀ, ਪਾਓ ਜੀ, ਪਤਾ ਨੀ ਕੀ ਕਰਨਾ, ਪਤਾ ਨੀ ਭਰਾਵਾ ਮੈਨੂੰ ਪਤਾ, ਹੁਣ ਥੋੜਾ ਜਿਹਾ ਬੋਲਣਾ ਅੰਗਰੇਜ਼ੀ ਜੀ ਕੋਲ ਆ ਕੇ ਸਾਰੇ। ਹਾਂ ਹਾਂ ਉਹ ਇਹੋ ਟਾਈਮ ਹੀ ਆ ਜਾਂਦਾ। ਹਾਂਜੀ ਹਾਂਜੀ
ਤੂੰ ਉੱਥੇ ਰੱਖਿਆ ਕਰ ਓਕੇ ਬਿੱਟੂ ਬਿੱਟੂ ਚੱਕ ਦੇ ਫੱਟੇ ਫੱਟੇ ਕੌਣ ਬਾਈ ਭਾਈ ਵਲੰਟੀਅਰ ਵਾਲਾ ਨੂੰ ਦੇਖਦੇ ਵੀ ਖੜੋ ਨਾ ਭਾਈ ਤੁਰੇ ਫਿਰੋ ਹੋਰ ਉਹਦੇ ਤਾਂ ਕਹਿੰਦੇ ਸਾਡੀਆਂ ਡਿਊਟੀ ਵਾਲਾ ਦੇ ਰਾਂਗ ਕਮੇਟੀ ਚ ਚਲੋ 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 ਲੈ ਪੇਪਰ ਲੈ ਜੀ ਚੱਲ ਸਾਡੇ 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 ਸੱਤ ਜਾਂ ਅੱਠ ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਉਹ ਜੇਤੂ ਬਹੁਤ ਬਹੁਤ ਧੰਨਵਾਦ ਸੁਰਜੀਤ ਸਿੰਘ ਜੀ ਫਿਲਿੰਗ ਸਟੇਸ਼ਨ ਵਾਲੇ ਪ੍ਰੋਗਰਾਮ ਵਾਲੇ ਜਿੱਤਣ ਵਾਲੀ ਟੀਮ ਨੂੰ ਬਿੱਟੂ ਜੀ ਇਹਨਾਂ ਵੱਲੋਂ ਹਜ਼ਾਰ ਰੁਪਇਆ ਤੇ ਦੂਜੇ ਨੰਬਰ ਵਾਲੇ ਨੂੰ 700 ਰੁਪਇਆ ਧੰਨਵਾਦ ਹੈ ਜੀ ਨਾਲੇ ਟੀਮਾਂ ਦਾ ਨਾਲੇ ਉੱਤੇ ਪਹਿਲਾਂ ਵੀ ਸਤਿਕਾਰ ਕੀਤਾ ਜੀ ਹਾਂਜੀ ਹੈਲੋ ਓਕੇ ਜੀ ਅਗਲੇ ਮੈਚ ਦੇ ਲਈ ਪੰਜ ਗ੍ਰਾਈ ਤੇ ਲੋਪੋ ਦੀਆਂ ਟੀਮਾਂ ਖੇਡ ਮੈਦਾਨ ਦੇ ਨਾਲ ਜੁੜ ਜਾਣ ਜੀ ਨਾਲ ਕੌਂਕੇ ਦੇ ਜੰਗੀਆਣਾ ਅਲਕੜਾ ਦੇ ਭਾਈ ਰੂਪਾ ਏ ਅਲੀਪੁਰ ਖਾਲਸਾ ਤੇ ਮੋਹਨਦਾਸ ਕੋਟ ਸੁਖੀਆ ਹਰਮਾਣਾ ਅਜੀਤ ਸਿੰਘ ਵਾਲਾ ਤੇ ਭਦੌੜ ਵਿਕਟਰ ਦਾ ਮੈਚ ਚੱਕ ਰਾਮ ਸਿੰਘ ਵਾਲੇ ਦੀ ਟੀਮ ਦੇ ਨਾਲ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਇਹ ਨਾਵੀਅਰ ਮਾਨੂ ਕੀ ਗਿੱਲਾਂ ਦੀ ਟੀਮ ਤਰਫੋਂ ਇਸ ਵੇਲੇ ਕਲਿਆਣਾ ਵਾਲਾ ਗੁੱਦਿਆ ਹੋਇਆ ਸਰੀਰ ਹੈ ਭਰੀ ਹੋਈ ਉਡਾਨ ਹੈ ਹਲਕਾ ਕੀਤਾ ਹੋਇਆ ਟੱਚ ਤੇ ਉਹ ਦੇਖੋ ਹਵਾ ਦੇ ਬੁੱਲੇ ਵਾਲ ਗੁੱਡਿਆ ਜਾਂਦਾ ਤਾਰੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਫਾਬੀ ਨਾਵੀਅਰ ਅਗਲੀ ਕਬੱਡੀ ਇਸ ਵੇਲੇ ਇਹ ਨੌਜਵਾਨ ਕਾਲੂ ਇੱਕ ਰਸੂਲਪੁਰੀਆ ਮੇਰੇ ਵੀਰੋ ਕੈਨੇਡਾ ਦੇ ਵਿੱਚ ਜਾ ਕੇ ਵਸਿਆ ਕਬੱਡੀ ਦਾ ਮਾਣ ਕਬੱਡੀ ਦਾ ਮਸਤ ਬੋਲਾ ਇਹ ਕਾਲੂ ਕਾਲੂ ਦਾ ਕਹਿੰਦੇ ਤੌਲੇ ਵਾਲਾ ਪਿੰਡ ਹੈ ਮੋਗੇ ਦੇ ਲਾਗੇ ਧਰਮਕੋਟ ਦਾ ਏਰੀਆ ਖੇਡ ਮੈਦਾਨ ਦੇ ਵਿੱਚ ਕਾਲੂ ਕਬੱਡੀ ਪਾਉਣ ਲਈ ਵਧਿਆ ਹੋਇਆ ਹੈਲੋ ਹੈਲੋ ਅਗਲੀ ਕਬੱਡੀ ਗੱਲ ਵਿੱਚ ਕਾਨੀ ਇਸਤਰੀ ਜਵਾਨੀ ਨੋੜਾ ਦਾ ਜੋਸ਼ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇਵਾਲ ਨੂੰ ਮਾਣ ਜਿਸ ਟੀਮ ਤੇ ਮੇਰੇ ਵੀਰੋ ਜਿਹੜੇ ਮੋਗੇ ਦਾ ਇਹ ਨਗਰ ਮਾਣੂ ਕੀ ਗਿੱਲਾਂ ਦੀ ਟੀਮ ਤਰਫੋਂ ਖੇਡ ਮੈਦਾਨ ਵਿੱਚ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਜਾ ਹੋਇਆ ਦੂਜੇ ਪਾਸੇ ਦੇਖ ਰਿਹਾ ਇਸ ਵੇਲੇ ਨੌਜਵਾਨ ਗੰਗੂ ਜਾਫੀ ਦੇ ਨਾਲ ਮੁਕਾਬਲਾ ਜਾਫੀ ਆਪਾਂ ਦੇਖ ਰਹੇ ਹਾਂ ਨੌਜਵਾਨ ਜਿੰਦਰ ਪਰ ਪੁਆਇੰਟ ਮੇਰੇ ਵੀਰੋ ਜਾਫੀ ਨੇ ਹਿੱਸੇ ਪੁਆਇੰਟ ਲੀਡਰਾਂ ਨੇ ਹਿੱਸੇ ਵਜਾ ਹੋਇਆ ਆਹ ਖਿਡਾਰੀ ਗਗੜੇ ਦਾ ਅੱਜ ਕਹਿੰਦੇ ਨਿੱਕੀ ਬੱਲੀ ਹੋਰਾਂ ਨੂੰ ਸਪੌਂਸਰ ਕੀਤੀ ਹੋਈ ਟੀਮ ਦੂਜੇ ਪਾਸੇ ਜਦੋਂ ਹਾਕਮ ਸਿੰਘ ਜੀ ਟੋਨਾ ਮਾਰੀ ਵਾਰੀ ਦਾ ਸਾਊਂਡ ਵਾਲਾ ਵੀਰ ਸਾਡੇ ਨਾਲ ਸੰਪਰਕ ਕਰੇ ਦੂਸਰਾ ਕਾਂਗਰਸ ਲੈ ਕੇ ਖੇਡ ਮੈਦਾਨ ਨੂੰ ਚਾਵੇ ਆਓ ਆਪਾਂ ਦੇਖੀਏ ਇਸ ਵੇਲੇ ਨੌਜਵਾਨ ਗਗੜੇ ਵਾਲਾ ਤੇ ਦੂਜੇ ਪਾਸੇ ਜਾਫੀ ਪੁਆਇੰਟ ਢਾਵੀ ਦੇ ਹਿੱਸੇ ਵਜਾ ਹੋਇਆ ਇਹ ਨੌਜਵਾਨ ਤਾਰੀ ਮੇਰੇ ਵੀਰ ਕਪਤਾਨ ਤੇ ਕਹਿੰਦੇ ਜਲੇ ਹੋਈ ਮਾਰ ਕਰਦੇ ਯੂਐਸਏ ਦੀ ਵਿਜੋ ਦੀ ਕਬੱਡੀ ਕਲੱਬ ਦੇ ਵਿੱਚ ਖੇਡਣ ਵਾਲਾ ਪਰ ਇਹ ਨੌਜਵਾਨ ਤਾਰੀ ਕਲਿਆਣਾ ਵਾਲਾ ਅਗਲੀ ਕਬੱਡੀ ਪਾਉਣ ਲਈ ਵਜਾ ਹੋਇਆ ਮਾਸੂ ਸਾਊਂਡ ਸਾਊਂਡ ਵਾਲਾ ਵੀਰ ਜਿਹੜੀ ਸਾਊਂਡ ਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਬੜੀ ਪਿਆਰੀ ਸਾਊਂਡ ਬੜੀ ਪਿਆਰੀ ਗਰਾਊਂਡ ਭਰਿਆ ਹੋਇਆ ਮੇਲਾ ਫਸਿਆ ਪਿਆ ਮੈਚ ਕਬੱਡੀ ਉੱਡੀ ਉੱਡੇ ਖਿਡਾਰੀ ਸ਼ੇਰਾਂ ਦੀਆਂ ਟੱਕਰਾਂ ਸ਼ੇਰਾਂ ਦੀਆਂ ਝਟਕਾਂ ਉਧਰ ਮੀਂਹ ਦੇ ਨਾਲ ਮੁਕਾਬਲਾ ਬੱਲੇ ਵਾਲਾ ਪਿੰਡ ਸਜਾਤੀ ਦਾ ਮੀਂਹ ਕਈ ਸੈਂਕਲ ਵਾਲਾ ਪੰਜਾਬੀਆਂ ਦਾ ਫੇਮਸ ਮੇਰੇ ਵੀਰੋ ਪਰ ਆਪਾਂ ਦੇਖ ਰਹੇ ਇਸ ਵੇਲੇ ਵਾਹ ਅਗਲੀ ਕਬੱਡੀ ਕਾਲੂ ਇੱਧਰ ਸੰਜੀਵ ਸਾਡਾ ਬਾਈ ਸਵੇਰ ਤੋਂ ਲੈ ਕੇ ਸਾਡੇ ਪ੍ਰਬੰਧ ਵੱਡੀਆਂ ਜ਼ਿੰਮੇਵਾਰੀ ਬਹੁਤ ਬਹੁਤ ਧੰਨਵਾਦ ਬੂਟਾ ਮਾਰੂ ਦੀ ਗੱਲਾਂ ਦਾ ਮੇਰੇ ਵੀਰੋ ਇਸ ਨੌਜਵਾਨ ਦੀ ਆਪਣਾ ਮਾਨ ਸਮਾਨ ਲੈ ਜਾਵੇ ਕਾਲਾ ਕਾਲਾ ਤੇ ਕਾਲੂ ਦੋਵੇਂ ਨਾਮ ਫੇਮਸ ਖਿਡਾਰੀ ਦੇ ਉਹ ਵੀ ਆ ਕੇ ਆਪਣਾ ਮਾਨ ਸਮਾਨ ਜ਼ਰੂਰ ਲੈ ਕੇ ਜਾਵੇ ਅਗਲਾ ਮੈਚ ਜੰਗੀਆਣਾ ਤੇ ਕੌਂਕੇ ਪਰ ਪਹਿਲਾਂ ਪੰਜ ਗ੍ਰਾਈ ਤੇ ਲੋਪੋ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਮੈਚਾਂ ਦਾ ਆਨੰਦ ਮਾਣੀ ਜਾ ਰਹੇ ਆ ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਨੂੰ ਪਿਆਰ ਕਰਨ ਵਾਲੇ ਅੱਜ ਮੁਲਾਜ਼ਮ ਵੀਰੋ ਵੀ ਇੱਥੇ ਤੌਰ ਤੇ ਪੁੱਜੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਆਪਾਂ ਦੇਖੀਏ ਇਸ ਵੇਲੇ ਗੱਗੜੇ ਵਾਲਾ ਪੱਤੀ ਹੋਈ ਖੁੱਜ ਦੇ ਕੀ ਪਾਉਣ ਸ਼ਰੀਕ
ਕੱਟੀ ਪਾਉਣੀ ਪੈਂਦੀ ਆ ਜੇ ਕੋਈ ਖੰਘ ਬਰੌਡੀ ਖੰਘੇ ਫੇਰ ਹਟਾਉਣੀ ਪੈਂਦੀ ਆ ਜੇ ਕੋਈ ਖੰਘ ਬਰੌਡੀ ਖੰਘੇ ਫੇਰ ਹਟਾਉਣੀ ਪੈਂਦੀ ਆ ਇਹ ਪੁਆਇੰਟ ਮਾਨੂ ਕੀ ਗੱਲਾਂ ਦੇ ਕਹਿੰਦੇ ਹਿੱਸੇ ਜੁੜਦਾ ਹੋਇਆ ਲੱਖਾਂ ਦੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਤਗੜੇ ਵਾਲਾ ਦੱਸੇ ਨੂੰ ਪੂਰੀ ਬਿੱਲੇ ਹੋਰਾਂ ਨੂੰ ਪੂਰੀ ਦੁਨੀਆ ਜਾਣਦੀ ਆ ਦੱਸ ਤਗੜੇ ਵਾਲੇ ਦੱਸ ਮਿਲ ਵੀ ਰਮਦਾਨ ਵਿੱਚ ਕਾਲੂ ਬੋਲੇ ਵਾਲਾ ਜਿਹੜੀ ਤੁਹਾਡੀ ਪੌਂਡ ਦੀ ਵਜ੍ਹਾ ਹੋਇਆ ਪੰਜ ਗ੍ਰਾਈ ਤੇ ਲੋਕੋ ਨਾਲ ਜੰਗੀਆਣਾ ਦੇ ਟੌਂਕੇ ਇਹ ਵੀ ਮੱਥੇ ਮੈਦਾਨ ਨਾਲ ਜੁੜਨ ਇਹਨਾਂ ਟੀਮਾਂ ਨੂੰ ਵੀ ਸਾਡੀ ਬੇਨਤੀ ਆ ਫਿਰ ਮੈਦਾਨ ਨਾਲ ਜੁੜਨ ਆਓ ਆਪਾਂ ਦੇਖੀਏ ਦੂਜੇ ਪਾਸੇ ਮਾਰੂਕਾ ਵਾਲਾ ਜਾਫੀ ਚੜ੍ਹਦੀ ਜੀ ਰੇਸ ਦੇ ਵਿੱਚ ਇਸ ਨੌਜਵਾਨ ਨੇ ਖੇਡ ਕਬੱਡੀ ਦੇ ਨਾਲ ਕੂਟ ਪਾਈ ਹੈ ਤੇ ਪੁਆਇੰਟ ਫਿਰ ਵੀ ਮਾਰੂ ਟੌਲੇ ਵਾਲੀ ਆ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੋਇਆ ਬਿੱਟੂ ਹਾਂਜੀ ਜਿਹੜਾ ਇੱਕ ਚੱਕਰ ਸਿੰਗਲ ਦੀ ਟੀਮ ਦਾ ਮੈਚ ਉਹ ਪੁੱਛੀ ਕਰ ਦਿੰਗਾ ਕਿਉਂਕਿ ਉਹ ਲਗਾਤਾਰ ਦੋ ਤਿੰਨ ਮੈਚ ਖੇਡੀ ਠੀਕ ਹੈ ਲਾਸਟ ਦੇ ਲਾਸਟ ਓਕੇ ਬਾਈ ਜੀ ਓਕੇ ਬਾਈ ਬਿਲਕੁਲ ਰੈਡੀ ਰਹਿਣਾ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਕਿ ਛਾਤੀ ਵਿੱਚ ਜਵਾਨੀ ਦਾ ਜੋਰ ਰੱਖਣਾ ਗਰਾਊਂਡਾਂ ਵਿੱਚ ਕਰਨ ਕਮਾਲ ਵੇਖੋ ਮਸਲ ਦੇਖ ਕੇ ਸਰੀਰ ਦੀ ਭੁੱਖ ਲੈਂਦੀ ਨਾਲੇ ਸਭ ਦੇ ਟੈਟੂਆਂ ਨਾਲ ਵੇਖੋ ਮੱਖੀ ਤਿਲਕ ਵੀ ਲਸ਼ਕਰ ਪਿੰਡਿਆਂ ਤੋਂ ਚਿਹਰੇ ਤੱਕ ਦੇ ਵਾਂਗ ਮਸਾਲ ਵੇਖੋ ਅੱਜ ਦੇ ਕੱਪ ਦਾ ਬੈਸਟ ਵਧਾਉਣ ਵਾਲਿਆ ਕਿਹੜਾ ਹੋਊਗਾ ਮਾਈ ਦਾ ਲਾਲ ਵੇਖੋ ਕਿਹੜਾ ਹੋਊਗਾ ਮਾਈ ਦਾ ਲਾਲ ਵੇਖੋ ਕੌਣ ਅੱਜ ਦੇ ਕੱਪ ਦਾ ਬੈਸਟ ਹੋਵੇਗਾ ਕਿਹੜਾ ਮੇਰੇ ਵੀਰੋ ਮੋਟਰਸਾਈਕਲਾਂ ਦੀ ਕਿੱਕ ਮਾਰ ਕੇ ਅੱਜ ਆਪਣੇ ਘਰਾਂ ਦੇ ਵਿੱਚ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜਾਵੇਗਾ ਅੱਜ ਆਪਾਂ ਇਹ ਦੇਖਣਾ ਵੀ ਮੋਟਰਸਾਈਕਲ ਮਾਲਵੇ ਦੇ ਵਿੱਚ ਜਾਂਦਾ ਜਾਂ ਮੇਰੇ ਵੀਰੋ ਦੁਆਬੇ ਦੇ ਵਿੱਚ ਜਾਂਦਾ ਜਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਾਂ ਬਠਿੰਡੇ ਦੇ ਵਿੱਚ ਜਾਂ ਮੋਗੇ ਜਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਸਮਾਂ ਬਲਵਾਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਰਹੇ ਇਹਨਾਂ ਖਿਡਾਰੀਆਂ ਤੇ ਮੋਟਰਸਾਈਕਲ ਗੱਡੀਆਂ ਟਰੈਕਟਰ ਜਿੱਤਣ ਜਹਾਜ਼ਾਂ ਦੇ ਝੂਟੇ ਲੈਣ ਮਾਪਿਆਂ ਦਾ ਪਿੰਡ ਦਾ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰਾਸ਼ਨ ਕਰਨ ਜੱਸਾ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵੀ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪੱਪੂ ਦਾ ਪੱਕਾ ਜਿੰਨੇ ਕਹਿਰ ਮਚਾਉਂਦੇ ਨੇ ਕਾਲੂ ਦੀ ਲੋਰ ਕਿੰਦੇ ਦੀ ਤੋਰ ਸੁਖਮਣ ਦਾ ਜੋਰ ਹੈ ਗੱਭਰੂ ਫਰਸਣਾ ਆਉਂਦੇ ਨੇ ਏਕਮ ਦਾ ਖੜਨਾ ਨੱਡੂ ਦਾ ਹੜਨਾ ਕਾਲੇ ਦਾ ਚੜਨਾ ਤਿੰਨੇ ਹੱਥ ਕਰਾਉਂਦੇ ਨੇ ਗੁਰਪੁਰੀ ਦੀ ਤੰਗੀ ਦਲਜੀਤ ਤੇ ਮੰਗੀ ਇਹ ਤਿੰਨੇ ਗੱਲ ਸਿਰੇ ਲਾਉਂਦੇ ਨੇ ਬਿੱਟੂ ਦੀ ਬੋਲੇ ਜੋ ਜਵਾਨ ਲਿਖਦੇ ਧਰਮਾ ਗੱਗੂ ਤੇ ਮਾਣ ਇਹ ਗੱਲ ਕਿਤੇ ਲੱਭ ਹੀ ਲਿਆਉਂਦੇ ਨੇ ਕਾਲੂ ਦੀ ਲੋਰ ਕਿੰਦੇ ਦੀ ਤੋਰ ਸੁਖਮਣ ਦਾ ਜੋਰ ਹੈ ਗੱਭਰੂ ਫਰਸਣਾ ਆਉਂਦੇ ਨੇ ਸਰਪੰਚ ਕਰਨਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਧੇਕਿਆਂ ਵਾਲੇ ਸਰਪੰਚ ਸਾਹਿਬ ਚੇਚੇ ਤੌਰ ਤੇ ਪੁੱਜੇ ਹੋਏ ਆ ਬੂਟਾ ਮਾਲੂ ਕੀ ਗਿੰਨਾ ਵਾਲਾ ਕਾਲੂ ਨੂੰ ਨਹੀਂ ਉਡਕ ਸਕਿਆ ਤੇ ਅੰਤ ਸਤਾਉਣ ਕਾਲੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੰਜ ਗਰਾਈ ਤੇ ਲੋਕੋ ਜੰਗੀਆਣਾ ਵਰਸੀ ਕੌਮ ਕੇ ਸ਼ਿੰਦਾ ਗਗੜੇ ਵਾਲਾ ਆਪਣਾ ਮਾਨ ਸਨਮਾਨ ਹਾਸਲ ਕਰਨ ਦੇ ਸ਼ਿੰਦਾ ਗਗੜੇ ਵਾਲਾ ਆਪਣਾ ਮਾਨ ਸਨਮਾਨ ਹਾਸਲ ਕਰ ਲਵੇ ਔਰ ਨਾਲ ਹੀ ਜੰਗੀਆਣਾ ਤੇ ਕੌਮ ਕੇ ਅਲਕੜਾ ਤੇ ਭਾਈ ਭੱਟੇ ਬੂਟਾ ਮਾਣੂ ਕੀ ਗੱਲਾਂ ਵਾਲਾ ਆ ਕੇ ਆਪਣਾ ਮਾਨ ਸਨਮਾਨ ਜ਼ਰੂਰ ਹਾਸਲ ਕਰੇ ਲੋਕੋਗੇ ਦੇ ਪੰਜ ਗ੍ਰਾਈ ਮੈਚ ਸ਼ੁਰੂ ਕਰਾਓ ਜੀ ਜੰਗੀਆਣਾ ਤੇ ਕੌਮ ਕੇ ਸ਼ਿੰਦਾ ਸ਼ਿੰਦਾ ਗਗੜੇ ਵਾਲਾ ਪਿੰਡਾ ਧੀਰਾ ਸੱਤੀ ਢਿੱਲੋਂ ਸੁੱਖੀ ਮੋਰਨਾ ਪਿੰਡਾ ਜਿੰਨੇ ਵੀ ਭਾਈ ਮੁੰਡੇ ਦੀ ਕਬੱਡੀ ਦੀ ਸੰਗਤ ਪੁੱਜੀ ਵੱਲੋਂ ਧੰਨਵਾਦ ਡਾਕਟਰ ਕਰਤਾਰਨ ਵੱਲੋਂ ਸ਼ਿੰਦਾ ਗਗੜੇ ਵਾਲੇ ਦਾ ਮਾਨ ਸਨਮਾਨ ਉਧਰ ਬਾਈ ਜਾਦੂ ਜੀ ਦੇ ਸੇਵਕ ਬਾਈ ਉਹ ਵੀ ਆਇਆ ਉਹਨਾਂ ਦਾ ਵੀ ਧੰਨਵਾਦ ਬਾਈ ਜੀ ਹਾਂਜੀ ਬੂਟਾ ਮਾਨੂ ਕੀ ਗੱਲਾਂ ਵਾਲਾ ਮਾਨ ਸਨਮਾਨ ਹਾਸਲ ਕਰੇ ਬੂਟਾ ਮਾਣੂ ਕੀ ਗੱਲਾਂ ਵਾਲਾ ਆਪਣਾ ਮਾਣ ਸਨਮਾਨ ਹਾਸਲ ਕਰ ਲਵੇ ਕਬੱਡੀ ਦਾ ਸਟਾਰ ਯਾਦ ਯਾਦ ਐਡਮੰਟਨ ਘੱਲਕਲਾ ਦੀ ਟੀਮ ਦਾ ਬਿਹਤਰੀਨ ਜਾਫੀ ਘੋੜਿਆਂ ਦਾ ਜੇਤੂ ਖਿਡਾਰੀ ਉਧਰ ਪੰਜ ਗ੍ਰਾਈ ਦੀ ਟੀਮ ਵੀ ਟੀ
ਹੋਣ ਵਾਲੀ ਸਾਈਡ ਆ ਜੀ ਹਰ ਦੂਸਰੀ ਸਾਈਡ ਟੀਮ ਲੋਕੋਕੇ ਦੀ ਟੀਮ ਤੇ ਕੌਂਕੇ ਦੇ ਜੰਗੀਆਣਾ ਅਗਲਾ ਮੈਚ ਹਲਕੜਾ ਤੇ ਭਾਈ ਰੂਪੇ ਦੀਆਂ ਟੀਮਾਂ ਬਿਲਕੁਲ ਰੈਡੀ ਰਹਿਣ ਸਾਡੀ ਬੇਨਤੀ ਇਹਨਾਂ ਟੀਮਾਂ ਨੂੰ ਬਿਲਕੁਲ ਰੈਡੀ ਰਹਿਣ ਟੀਮਾਂ ਦੇ ਲੋ ਪੁਆਇੰਟ ਇਸ ਨੌਜਵਾਨ ਗੱਭਰੂ ਹਰਪਨ ਨੇ ਆਪਣੀ ਟੀਮ ਦੇ ਹਿੱਸੇ ਲੱਖਾਂ ਦੇ ਪੁਆਇੰਟ ਦਾ ਵਾਧਾ ਕੀਤਾ ਬੱਤੂ ਨੇ ਮੇਰੇ ਵੀਰੋ ਇਹ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਹਿੰਮਤਪੁਰਾ ਪਹਿਲੇ ਨੌਜਵਾਨ ਖਿਡਾਰੀ ਦਾ ਹਾਂਜੀ ਉਧਰ ਬਾਈ ਕਬੱਡੀ 300 ਬੈਂਡ ਵਾਲੇ ਚੀਨੇ ਵੀਰ ਦਾ ਧੰਨਵਾਦ ਬਹੁਤ ਕਰ ਦਿਓ ਜੀ ਮਹਾਨ ਪ੍ਰਮੋਟਰਾਂ ਦਾ ਪਿੰਡ ਹੈ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਸਮੇਂ ਦੇ ਨਾਲ ਨਾਲ ਇਸ ਨਗਰ ਨੇ ਕਬੱਡੀ ਦੇ ਵਿੱਚ ਨਾਮ ਆਇਆ ਤੇ ਪੁਆਇੰਟ ਇਸ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇੱਧਰ ਲੋਕੋਗੇ ਦੀ ਟੀਮ ਤਰਫੋਂ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਗੁੰਦਰਾ ਵਾਲੇ ਸਰੀਰ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੀ ਬਿਲਕੁਲ ਤਿਆਰ ਹੋ ਤਿਆਰ ਹੈ ਅਸੀਂ ਅੱਜ ਖੇਡ ਕਬੱਡੀ ਦੇ ਸਾਡੇ ਰੋਮ ਰੋਮ ਵਿੱਚ ਪਿਆਰ ਇਹਦਾ ਖੜ ਖੜ ਦੇ ਅੱਡੇ ਦੇ ਮੋੜਾਂ ਤੇ ਜਦੋਂ ਲੱਗਦਾ ਇਸ ਤਿਆਰ ਇਹਦਾ ਚਾਹ ਚੜ ਦੇ ਵਿੱਚ ਗਰਾਉਂਡਾਂ ਦੇ ਹੁੰਦਾ ਖੇਡ ਦੇ ਵਿੱਚ ਦੀਦਾਰ ਇਹਦਾ ਤਾਂ ਸੱਚੋ ਕੇ ਦਾ ਧਰਮਾ ਕਰਦਾ ਹੈ ਤਾਂ ਦਿਲੋਂ ਦਿਲੋਂ ਸਰਕਾਰ ਇਹਦਾ ਲੈ ਜੀ ਸੰਦੀਪ ਸਿੰਘ ਜੀ ਹੁਣ ਕੀ ਜਾਣਕਾਰੀ ਲੈ ਕੇ ਆਏ ਹੋ ਅਗਲੇ ਮੈਚ ਦੀ ਟੀਮਾਂ ਜੰਗੀਆਣਾ ਦੇ ਕੌਂਕੇ ਇੱਕ ਮਿੰਟ ਤੋਂ ਪਹਿਲਾਂ ਹੀ ਆ ਜਾਂਦਾ ਵੱਡਾ ਧੰਨਵਾਦ ਹੈ ਨਾਲ ਹੀ ਅਲੀ ਅਤੇ ਭਾਈ ਰੂਪਾ ਸਾਡੀ ਬੇਨਤੀ ਵੀ ਜੇ ਮਾਨੂ ਜਾਨ ਦੀ ਟੀਮ ਨੂੰ ਜੇ ਕਿਸੇ ਨੇ ਵੀਰੇ ਮਾਨੂ ਹੈਲੋ ਹੈਲੋ ਖਿਡਾਰੀ ਹੈਲੋ ਵੀਰੇ ਗੁਰੂ ਜੀ ਉਸਤਾਦ ਜੀ ਮਾਨੂ ਕੇ ਪ੍ਰਬੰਧ ਕਹਿੰਦੇ ਹਾਂ ਕਈ ਯਾਰ ਉਹ ਪਹਿਲਾਂ ਬਲਜੀਤ ਤੋਂ ਬਾਅਦ ਤਾਂ ਕੋਈ ਆਏਗੀ ਹਨਾ ਕਈ ਯਾਰ ਭੁਲੇਖਾ ਪੈ ਗਿਆ ਅਸੀਂ ਤਾਂ ਨਹੀਂ ਬੋਲਿਆ ਮੈਂ ਕਈ ਇੱਥੋਂ ਨਾ ਬੋਲਿਆ ਇਹ ਤੋਂ ਕੁਛ ਨਹੀਂ ਬੋਲਿਆ ਬੇਨਤੀ ਹੈ ਕਈ ਬਾਈ ਸੋਰੀ ਕਈ ਯਾਰ ਧਿਆਨ ਚ ਨਹੀਂ ਨਾ ਹਾਂਜੀ ਜੰਗੀਆਣਾ ਆ ਗਈ ਜੀ ਕੌਂਕੇ ਕੌਂਕਿਆਂ ਦੀ ਟੀਮ ਅਮਨ ਉਰੀ ਮੋਟੂਰੀ ਟੀਮ ਲੈ ਕੇ ਆਉਣ ਜੇ ਆ ਗਏ ਤਾਂ ਧੰਨਵਾਦ ਕੌਂਕੇ ਦੇ ਜੰਗੀਆਣਾ ਹਲਕੜਾ ਤੇ ਭਾਈ ਰੂਪਾ ਇਹ ਜਿਹੀਆਂ ਟੀਮਾਂ ਵੀ ਬਿਲਕੁਲ ਪਿਆਰ ਪਿਆਰ ਹੈ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਖੇਡ ਮੈਦਾਨ ਵਿੱਚ ਇਸ ਵੇਲੇ ਲੋਕੋ ਕੇ ਟੀਮ ਦਾ ਇੱਕ ਖਿਡਾਰੀ ਕਬੱਡੀ ਪਾਉਣ ਦੀ ਵਜ੍ਹਾ ਹੋਇਆ ਇਹ ਦੇਖੋ ਇਹ ਭਾਗਾਂ ਵਾਲੀ ਧਰਤੀ ਤੇ ਸਾਹਮਣੇ ਹਿੰਮਤਪੁਰਾ ਪਿੰਡ ਇਸ ਜਾਫੀ ਦਾ ਬੁੱਧੂ ਨਾਮ ਤੇ ਪੁਆਇੰਟ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜਖਮੀ ਸ਼ੇਰ ਗੋਲੂ ਨਾਮ ਇਸ ਖਿਡਾਰੀ ਦਾ ਮੇਰੇ ਵੀ ਗੋਲੂ ਕਬੱਡੀ ਪਾ ਰਿਹਾ ਇੱਕ ਗੱਜਣ ਵਾਲੀ ਕਬੱਡੀ ਦਾ ਬੜਾ ਮਸ਼ਹੂਰ ਹੈ ਇਹ ਨੌਜਵਾਨ ਗੋਲੂ ਅਗਲੀ ਕਬੱਡੀ ਪਾਉਣ ਦੀ ਵਜ੍ਹਾ ਹੋਇਆ ਇਹ ਮਿੱਟੀ ਭਾਗਾਂ ਵਾਲੀ ਪਰ ਮਿੱਟੀ ਦੀ ਕਦਰ ਹਰ ਇਨਸਾਨ ਨੂੰ ਹੀ ਕਰਨੀ ਚਾਹੀਦੀ ਆ ਮਿੱਟੀ ਤੋਂ ਬਿਨਾਂ ਇਨਸਾਨ ਨਹੀਂ ਲਓ ਸਾਹਮਣੇ ਦੇਖੋ ਆਪਾਂ ਦੇਖੀਏ ਇਸ ਵੇਲੇ ਇਹ ਨੌਜਵਾਨ ਗੋਲੂ ਵੀ ਪਈ ਹੋਈ ਕਬੱਡੀ ਜਖਮੀ ਸ਼ੇਰ ਸ਼ੇਰ ਕਹਿੰਦੇ ਜਦੋਂ ਜਖਮੀ ਹੋ ਜਾਏ ਹੋਰ ਵੀ ਖਿਕਾਰ ਹੋ ਜਾਂਦਾ ਤੇ ਆਪਾਂ ਦੇਖ ਰਹੇ ਹਾਂ ਪੁਆਇੰਟ ਕਿਸ ਨੌਜਵਾਨ ਨੇ ਇਸ ਜੁੜਨਾ ਇਹ ਅੰਕ ਕਾਫੀਆਂ ਨੇ ਇਸ ਜੁੜਦਾ ਹੋਇਆ ਆ ਵੀ ਨੌਜਵਾਨ ਅਗਲੀ ਕਬੱਡੀ ਕੀ ਬੱਚਾ ਮਿੱਟੀ ਖਾਂਦਾ ਤੇ ਮਿੱਟੀ ਵਿੱਚ ਖੇਡਦਾ ਏ ਆਖਰ ਨੂੰ ਮਿੱਟੀ ਦੇ ਵਿੱਚ ਸਮਾਏ ਬੰਦਾ ਮਿੱਟੀ ਬੀਜੋਂ ਵੀ ਹੁੰਦਾ ਇਲਾਜ ਪੈਦਾ ਜਿਸ ਨੂੰ ਖਾ ਕੇ ਭੁੱਖ ਮਿਟਾਏ ਬੰਦਾ ਮਿੱਟੀ ਬੀਜੋਂ ਨਿਕਲਦਾ ਗੈਸ ਤੇ ਤੇਲ ਪਾਣੀ ਮਿੱਟੀ ਤਰਾਸ ਕੇ ਬੁੱਤ ਬਣਾਏ ਬੰਦਾ ਕ੍ਰਿਕਟ ਵਿੱਚ ਵੀ ਮਿੱਟੀ ਦੀ ਪਿੱਚ ਹੁੰਦੀ ਜਿੱਥੇ ਖੜ ਕੇ ਚੌਕੇ ਛੱਕੇ ਲਾਏ ਬੰਦਾ ਮਿੱਟੀ ਬੀਜੋਂ ਨਿਕਲਦਾ ਗੋਲਾ ਸੋਨਾ ਚਾਂਦੀ ਮਿੱਟੀ ਦੀ ਇੱਟ ਨਾਲ ਹੀ ਘਰ ਬਣਾਏ ਬੰਦਾ ਮਿੱਟੀ ਨੂੰ ਮੱਥੇ ਲਾਉਂਦਾ ਹੈ ਹਰੇਕ ਖਿਡਾਰੀ ਪਰ ਮਿੱਟੀ ਦੀ ਕਦਰ ਹੈ ਕੋਈ ਕੋਈ ਪਾਏ ਬੰਦਾ ਭਾਵੇਂ ਸਾਰੀ ਦੁਨੀਆ ਤੇ ਰਾਜ ਕਰ ਲੈ ਪਰ ਵਤਨ ਦੀ ਮਿੱਟੀ ਨਾ ਭੁਲਾਏ ਬੰਦਾ ਮਿੱਟੀ ਨਾਲ ਜੁੜ ਕੇ ਰਹੇ ਮਾਣ ਭਰਾਉਣ ਵਾਲਿਆ ਜੋ ਮਿੱਟੀ ਨਾਲ ਪੈਰ ਛੱਡ ਕੇ ਦਿਲ ਪਛਤਾਏ ਬੰਦਾ ਕਿਉਂਕਿ ਮਿੱਟੀ ਦੀ ਕਦਰ ਜ਼ਰੂਰੀ ਹੈ ਆਓ ਆਪਾਂ ਦੇਖੀਏ ਇਸ ਵੇਲੇ ਖੇਡ ਮੈਦਾਨ ਵਿੱਚ ਫਿਰ ਵੀਰੋ ਗੋਰਾ ਇਸ ਵੇਲੇ ਪੰਜ ਗ੍ਰਾਈ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਇਸ ਜੋੜ ਦਾ ਹੋਇਆ ਅਗਲਾ ਮੈਚ ਕੌਂਕੇ ਦੇ ਜੰਗੀਆਣਾ ਹਲਕੜਾ ਤੇ ਭਾਈ ਰੂਪਾ ਏ ਅਲੀਪੁਰ ਖਾਲਸੇ ਦਾ ਮੈਚ ਮੋਹਨਦਾਸ ਕੋਟ ਸੁਖੀਆ ਰਮਾਣਾ ਅਜੀਤ ਸਿੰਘ ਦੇ ਭਰਾ
ਇਹ ਸਾਰੀਆਂ ਟੀਮਾਂ ਤਿਆਰ ਹੋ ਕੇ ਰੈਡੀ ਹੋ ਕੇ ਵਾਰਮ ਅਪ ਹੋ ਕੇ ਖੇਡ ਮੈਦਾਨ ਵੱਲ ਆ ਜਾਣ। ਇੱਧਰ ਹਿੰਮਤ ਬੁਲੇਵਾ ਬੁੱਧੂ ਬੁੱਧੂ ਦੇ ਨਾਲ ਮੁਕਾਬਲਾ, ਜਿਸ ਧਰਤੀ ਦੇ ਗੱਭੂ ਵਰਗੇ, ਜਿਸ ਧਰਤੀ ਦਾ ਦੀਪ ਹੈ, ਜਿਸ ਧਰਤੀ ਦਾ ਪ੍ਰਗਟ ਹੈ, ਉਸੇ ਨਗਰ ਦਾ ਜਾਤੀ ਦਾ ਪੁਆਇੰਟ ਹੈ। ਇਸ ਹਿਸਾਬ ਹੀ ਜਿਸ ਜੁੜਦਾ ਹੋਇਆ ਤਾਂ ਵੀ ਨੌਜਵਾਨਾਂ ਅਗਲੀ ਕਬੱਡੀ ਸਮਾਂ ਬਲਵਾਨ ਹੈ। ਕਈ ਸਮੇਂ ਨੂੰ ਗੇੜ ਵਿੱਚ ਲਿਆਈ ਹੋਈ ਹੈ, ਕਈਆਂ ਨੂੰ ਆਪਣੇ ਗੇੜ ਵਿੱਚ ਲਿਆਏ ਸਮਾਂ, ਕਈ ਸਮੇਂ ਦੇ ਚੱਕਰਾਂ ਨੂੰ ਫੜ ਕੇ ਆ, ਕਈਆਂ ਨੂੰ ਚੱਕਰਾਂ ਦੇ ਵਿੱਚ ਪਾਏ ਸਮਾਂ, ਕਈ ਘਰਾਂ ਦੀ ਗਰੀਬੀ ਸਮਾਂ ਕੱਢੇ, ਕਈਆਂ ਨੂੰ ਰਾਜੇ ਦੇ ਰੰਗ ਬਣਾਏ ਸਮਾਂ, ਕਈਆਂ ਦਾ ਲੰਘ ਗਿਆ ਕਈਆਂ ਦੇ ਤੋੜ ਸਮਾਂ, ਇੱਕ ਵਾਰੀ ਹਰੇਕ ਦੇ ਆਏ ਸਮਾਂ, ਚੰਗਾ ਚੱਲੇ ਤਾਂ ਖੁਸ਼ੀਆਂ ਨਾਲ ਸਾਂਭ ਹੁੰਦੀ ਆ, ਮਾਰ ਦਿੰਦਾ ਹੈ ਮਾੜਾ ਜੀ ਆਏ ਸਮਾਂ, ਚੀਤੇ ਨਾਲ ਹੋਏ ਜ਼ਿਆਦਾ ਤੇਜ਼ ਦੌੜੇ, ਹੱਥੋਂ ਨਿਕਲੇ ਤੇ ਹੱਥ ਨਾ ਆਏ ਸਮਾਂ, ਭਾਵੇਂ ਅੱਜ ਦੇ ਸਮੇਂ ਤੋਂ ਗੁਪਤ ਸੁੱਕੀ ਲੋਪੇ ਵਾਲਿਆ, ਹੋ ਸਕਦਾ ਤੇਰਾ ਵੀ ਆਏ ਸਮਾਂ, ਹੋ ਸਕਦਾ ਤੇਰਾ ਵੀ ਆਏ ਸਮਾਂ, ਸਮਾਂ ਬਲਵਾਨ ਹੈ, ਸਮਾਂ ਸਮਰੱਥ ਹੈ, ਸਮਾਂ ਕਾਇਲ ਹੈ। ਆਓ ਆਪਾਂ ਦੇਖੀਏ ਖੇਡ ਮੈਦਾਨ ਵਿੱਚ ਇਸ ਵੇਲੇ ਲੋਕਾਂ ਕੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਇਹ ਕੰਨੀ ਹਰਮਨ ਹੈ, ਹਰਮਨ ਦੇ ਨਾਲ ਮੁਕਾਬਲਾ, ਬੱਤੀ ਹੋਈ ਉੱਚ ਹੈ, ਸਮਾਂ ਬਲਵਾਨ ਤੇ ਪੁਆਇੰਟ ਹੈ। ਇਸ ਵੇਲੇ ਸਿੱਧਵਾਂ ਦੇ ਗਲਜਾਰ ਦੀ ਮਾਸੀ ਦਾ ਪੁੱਤ ਫੈਸਲਾ ਕਰਦਾ, ਅੰਕ ਜਾਪਦੇ ਨੇ ਕਿਹੜੀ ਟੀਮ ਇਸ ਮੈਚ ਦੀ ਜੇਤੂ ਹੈ ਜੀ? ਅਮਰਪਾਲ ਸਿੰਘ ਜੀ, ਹਾਂਜੀ, ਕਿਹੜੀ ਟੀਮ ਜੀ? ਪੰਜ ਗ੍ਰਾਈ ਬਾਈ, ਪੰਜ ਗ੍ਰਾਈ ਦੀ ਟੀਮ ਜੇਤੂ ਹੈ ਜੀ। ਠੀਕ ਹੈ ਜੀ, ਹਾਂਜੀ, ਪੰਜ ਗ੍ਰਾਈ ਜੇਤੂ ਹੈ, ਹਾਂਜੀ ਅੰਕਲ ਜੀ, ਬਾਜੇ ਮੰਨਣ ਵਾਲੇ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਜਾਣਾ ਹੈ। ਜੰਗੀਆਣਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬੇਨਤੀ ਵੀ ਬਾਜੂ ਵੀਰ ਹੋਈ ਗਰਾਊਂਡ ਦੇ ਵਿੱਚ ਨਾਲ, ਜਿਸ ਤਰ੍ਹਾਂ ਆਪਾਂ ਸਵੇਰ ਤੋਂ ਲੈ ਕੇ ਮੈਚਾਂ ਦਾ ਸਵਾਦ ਲੈ ਰਹੇ ਹਾਂ, ਉਸੇ ਤਰ੍ਹਾਂ ਆਪਾਂ ਆਨੰਦ ਮਾਰਨਾ। ਇੱਕ ਇੱਕ ਰੇਡ ਦਾ, ਇੱਕ ਇੱਕ ਪੁਆਇੰਟ ਦਾ, ਇੱਕ ਇੱਕ ਜੱਫੇ ਦਾ ਬੜਾ ਸਵਾਦ ਆਵੇਗਾ। ਬਾਜਾ ਮੱਲਣ ਵਾਲਾ ਸ਼ੇਰਬਾਜ ਸਿੰਘ ਹੈ, ਸਰਦਾਰ ਹੋਰ ਸਿੰਘ ਸਤਰ 40 ਅੰਕਾਂ ਦੀ ਧਰਤੀ, ਵਾਜਾ ਕਹਿੰਦੇ ਇੰਗਲੈਂਡ ਵੀ ਖੇਡਿਆ, ਵਾਜਾ ਕੈਨੇਡਾ ਵੀ ਖੇਡਿਆ, ਵਾਜੇ ਨੇ ਮੋਟਰਸਾਈਕਲ ਜਿੱਤੇ ਆ, ਮੋਟਰਸਾਈਕਲ ਮਿਲੇ ਆ, ਗੱਡੀਆਂ ਵੀ ਮਿਲੀਆਂ ਸੀ ਕਬੱਡੀ ਦੇ ਸਟਾਰ ਨੂੰ, ਅੱਜ ਕੱਲ ਆਪਣੇ ਸਹੁਰੇ ਪਿੰਡ ਵਿੱਚ ਰਹਿਣ ਸ਼ੁਰੂ ਕੀਤੇ ਆ। ਤਾਂ ਮੇਰੇ ਵੀਰੋ, ਪੰਜ ਗ੍ਰਾਈ ਦੀ ਟੀਮ ਜਿਹੜੀ ਪੱਕੇ ਤੌਰ ਤੇ ਖੇਡ ਰਿਹਾ ਸ਼ੇਰਬਾਜ ਸਿੰਘ ਬਾਜਾ, ਇਸ ਕਬੱਡੀ ਦੇ ਸਟਾਰ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ। ਕਾਂਤੀ, ਹੈਲੋ, ਹਾਂਜੀ ਜੀ, ਮਾੜਾ ਉਰੇ ਯਾਰ, ਡਾਕਟਰ ਸਲਵਾਨ ਜੀ ਆਵਾਜ਼ ਨੂੰ ਸੁਣ ਰਹੇ ਨੇ ਸਟੇਜ ਦੇ ਸਾਹਮਣੇ ਆ ਜਾ, ਡਾਕਟਰ ਅਨੇਕ ਸਿੰਘ ਜੀ ਮਾਨਯੋਗ ਜੀ ਆਵਾਜ਼ ਨੂੰ ਸੁਣ ਰਹੇ ਸਟੇਜ ਦੇ ਸਾਹਮਣੇ, ਇਹ ਖਿਡਾਰੀ ਦਾ ਸਿਰ ਦਰਦ ਕਰ ਰਿਹਾ ਹੈ, ਸਾਡੀ ਬੇਨਤੀ ਖੇਡ ਮੈਦਾਨ ਵਿੱਚ ਕਿੰਨੇ ਜੀ, ਸਾਡੇ 12 ਜਾਂ 13, ਖੁਸ਼ ਹੋ ਜੀ, ਸਾਡੇ 10 11 ਕਰਨੇ ਆ, ਸਾਡੇ 12 ਜਾਂ 13, ਪਾਣੀ ਖੇਡ ਮੈਦਾਨ ਵਿੱਚ 100 ਪਾਉਣੀ ਹੈ ਜੀ, ਆ 100 ਇੱਧਰ ਦਰਸ਼ਕ ਕਹਿੰਦੇ ਜੀ ਕੀ ਆ ਸਾਨੂੰ ਬਈ, ਸਾਨੂੰ ਜੀ ਮਰਜ਼ੀ, ਮਹਾਰਾਜ ਦੀ ਸੌ, ਬਾਬੇ ਹਰਨਾਮ ਦਾਸ ਦੀ ਸੌ, ਸਾਡਾ ਮੈਚ ਲੱਗੂਗਾ। ਜੇ ਤੁਹਾਨੂੰ ਫੇਰ ਵੀ ਹੋਇਆ ਵੀ ਸਾਡਾ ਮੈਚ ਸਾਂਝਾ ਹੈਗਾ, ਅਸੀਂ ਮੈਚ ਰੋਕ ਕੇ ਵੀ ਸੌ ਪਾਵਾਂ। ਹਾਂਜੀ, ਇਹ ਟੀਮ ਦਾ ਖਿਡਾਰੀ ਵੀ ਆ ਜਾਓ, ਮੈਂ ਵੀ ਆਪਣੇ ਓਕੇ ਜੀ, ਪਾ ਦੋ ਯਾਰ, ਲੈਣਾ ਸਾਨੂੰ ਸੌਂ ਲੱਗੇ, ਸਾਡਾ ਮੈਚ ਲੱਗੂਗਾ, ਕੋਈ ਸਮਝ ਨਹੀਂ, ਕਿਉਂਕਿ ਪਹਿਲਾਂ ਗੁਰਵਿੰਦਰ ਨੇ ਕਹਿ ਦਿਆ ਵੀ ਇਹ ਸ਼ੱਕ ਹੋਇਆ ਆਪਾਂ ਮੈਚ ਰੋਕ ਕੇ ਫੇਰ ਸੌਂ ਪਾਉਣਾ। ਪ੍ਰਬੰਧਕ ਵੀਰਾਂ ਦਾ ਫੈਸਲਾ, ਕਹਿੰਦੇ ਜੀ ਮੈਚ ਦੀ ਆਪਾਂ ਨੂੰ ਕਮੈਂਟਰੀ ਜ਼ਰੂਰੀ ਹੈ, ਪੈਸੇ ਦੇਣੇ ਆ ਉਹ ਸਟੇਜ 'ਤੇ ਲਿਖਾ ਦਿਓ, ਆਪਾਂ ਮੈਚ ਤੋਂ ਬਾਅਦ ਬੋਲ ਲਾਂਗੇ। ਅਸੀਂ ਨੀ ਬੋਲੇ ਵੀਰੇ, ਉਹਨਾਂ ਨੂੰ ਪੁੱਛੋ ਕਮੇਟੀ ਵਾਲਾ, ਜਿਹੜਾ ਪਹਿਲਾਂ ਜੱਫਾ ਲਾਊਗਾ ਸਰਪੰਚ ਕਰ।
ਪ੍ਰਾਣ ਸਿੰਘ ਜੀ ਨੇਕੇ ਵਾਲੇ ਵੱਲੋਂ ਸੌਂ ਰਹਾ ਹਾਂ। ਹੈਲੋ ਮੈਚ ਦੀ ਸ਼ੁਰੂਆਤ। ਹੈਲੋ ਕਾਂਤੀ, ਹੈਲੋ ਕਾਂਤੀ ਭਾਈ, ਕਾਂਤੀ ਦਾ ਤੇਰੇ ਕੋਲੇ ਬੈਠਾ ਬਿੱਟੂ ਬਣਾਉਂਦਾ। ਖੇਡ ਮੈਦਾਨ ਦੇ ਵਿੱਚ ਸਰਸਾਰ ਮੇਰੇ ਵੀਰੋ, ਹੁਣ ਕੌਂਕਾ ਵਾਲਾ ਤੇ ਪੁਆਇੰਟ ਸੁਲਤਾਨ ਸਮਸ਼ਪੁਰੀ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ। ਹਾਂਜੀ ਆਪਣਾ ਬਿੱਟੂ ਜੀ, ਹੁਣ ਜੀ ਤਕਰੀਬਨ ਆ ਵਧੀਆ ਜੱਫਾ ਲੱਗਦਾ, ਠੀਕ ਹੈ ਨਾ। ਹਾਂ ਤੇ ਲਾ ਦੇ ਰੁਪਈਆ ਕਮੇਟੀ ਵੱਲੋਂ ਵਧੀਆ ਜਾਫੀ ਨੂੰ, 100 ਰੁਪਏ ਤੋਂ ਕੰਮ ਚੱਕੀ ਚੱਲ, ਠੀਕ ਹੈ ਨਾ। ਦੋਨੇ ਟੀਮਾਂ ਦਾ ਬਸ ਸਤਿਕਾਰ ਕਰਨਾ ਜਿਹੜਾ ਜਾਫੀ। ਹਾਂਜੀ ਬਾਈ ਬਿੱਟੂ ਜੀ, ਇੱਧਰ ਮੰਨਾ ਰਸ਼ੀਦ ਦਾ ਵੇਖ ਵੀਰੋ, ਇੱਧਰ ਦੋਨੇ ਟੀਮਾਂ ਦੇ ਵਿੱਚੋਂ ਜਿਹੜਾ ਵੀ ਜਾਫੀ ਲਾਊ ਜੱਫਾ ਪ੍ਰਬੰਧਕ ਵੀਰਾਂ ਵੱਲੋਂ, ਇਹ ਕਿਤੇ ਸਾਉ ਦਾ ਮਾਨ ਸਨਮਾਨ ਜਾਂਦਾ ਸੁਰਖਪੁਰੀ ਵਾਲੇ ਮੰਨਾ ਰਸ਼ੀਦ ਦਾ ਲੱਗਿਆ ਤੇ ਜੋਰ, ਇਸ ਵਿੱਚ ਪੁਆਇੰਟ ਮੰਨਾ ਰਸ਼ੀਦ ਵਾਲਾ ਕੌਂਕਿਆਂ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਆਇਆ ਸਤਮੰਦਰ ਸਿੰਘ ਖੇਡ ਮੈਦਾਨ ਦੇ ਵਿੱਚ। ਇਹਦੇ ਵਿੱਚ ਜੋਰ, ਇਹਦੇ ਵਿੱਚ ਤਕਨੀਕ, ਇਸ ਨੌਜਵਾਨ ਦਾ ਤਜਰਬਾ ਬਿੱਟੂ ਭਾਈ ਸੁਰਜੀਤ ਕਹਿੰਦਾ ਕੁਲਵਿੰਦਰ ਜਿੰਨੇ ਵੀ ਜੱਫੇ ਲਾਊਗਾ 100 ਰੁਪਏ ਡਬਲ, ਠੀਕ ਹੈ ਨਾ ਜੀ। ਨਾਲ ਕਮੇਟੀ ਵੱਲੋਂ ਆਪ ਹੀ ਬੋਲਦਾ ਕਰੀ, ਕੋਈ ਚੱਕਰ ਨਹੀਂ, ਠੀਕ ਹੈ ਜੀ। ਓਕੇ ਜੀ, ਕਾਂਤੀ ਦਾ ਬਹੁਤ ਬਹੁਤ ਧੰਨਵਾਦ, ਸਾਡਾ ਵੀਰ ਨਾਲ ਦੇ ਨਾਲ ਜਾਣਕਾਰੀ ਦੇ ਰਿਹਾ ਸਾਥੀ ਕਮੈਂਡਰ। ਆਓ ਇਸ ਵੇਲੇ ਸਤਮੰਦਰ ਖੇਡ ਮੈਦਾਨ ਵਿੱਚ, ਆਓ ਨੌਜਵਾਨਾ ਇੱਧਰ ਢਿੰਡੇ ਦੇ ਕੇ ਖੁੱਚ ਪੱਟੀ ਤੇ ਲਾ ਤਗੜਾ ਜੱਫਾ, ਪੁਆਇੰਟ ਆਪਣੀ ਟੀਮ ਦੇ ਖੇਡ ਸੇ ਜੋੜਿਆ। ਮੈਂ ਵੀ ਢਿੰਡਿਆ ਤੇਰਾ ਪਹਿਲਾ ਜੱਫਾ ਤੇ ਤੇਰਾ ਨੋਟ ਜਿਹੜਾ ਕਿ 100 ਦਾ ਪੁੱਜਿਆ। ਅਗਲੇ ਮੈਚ ਦੀ ਟੀਮਾਂ, ਸਲੀਮ ਨੇ ਜੱਫਾ ਲਾਇਆ, ਮਾਫੀ ਚਾਹੁੰਦੇ ਹਾਂ ਸਲੀਮ ਨੇ ਜੱਫਾ ਲਾਇਆ, ਢਿੰਡਾ ਸਲੀਮ ਮੋਟੂ ਤੇ ਅਮਨ ਆ ਜਾਫੀ, ਇੱਧਰ ਕੁਲਵਿੰਦਰ ਕਿ ਜੰਗੀ ਵਾਲੇ ਪਿੰਡੋਂ ਮੁੰਡਾ ਗੱਲ ਪਰਿਵਾਰ ਦਾ, ਵੱਡੇ ਵੱਡੇ ਧਾਵੀਆਂ ਨੂੰ ਡਾਢੇ ਜੱਫੇ ਮਾਰਦਾ, ਵੱਡੇ ਵੱਡੇ ਧਾਵੀਆਂ ਨੂੰ ਡਾਢੇ ਜੱਫੇ ਮਾਰਦਾ। ਹਾਂਜੀ 200 ਰੁਪਇਆ ਬੋਲ ਲਓ ਜੀ ਇਹਨੂੰ, ਆਪਣਾ ਐਂਟੀ ਕਮੇਟੀ ਵਾਲੇ ਮੁੰਡੇ ਸਾਰੇ, ਠੀਕ ਹੈ ਜੀ ਸੁੱਕੇ 200 ਰੁਪਇਆ ਬੋਲ ਦਿਓ ਬਾਈ ਨੌਜਵਾਨ। ਇੱਧਰ ਹੈ ਬਾਈ ਸੁਰਜੀਤ ਸਿੰਘ ਜੀ, ਸੁਲਤਾਨ ਜਿਲੇ ਲੁਧਿਆਣੇ ਦਾ, ਦੂਜੇ ਪਾਸੇ ਜਿਲੇ ਪਟਿਆਲੇ ਵਾਲਾ, ਇਹ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੰਨਾ ਰਸ਼ੀਦ ਦਾ ਵੀਰੋ। ਸੁਰਜੀਤ ਸਿੰਘ ਜੀ ਪੰਪ ਵਾਲਾ ਉਹਨਾਂ ਵੱਲੋਂ ਵੀ ਬੋਲਦਾ ਕੋਈ ਜਾਫੀ ਨੂੰ ਜੀ, ਠੀਕ ਹੈ। ਬਲੌਰ ਸਿੰਘ ਜੀ ਪਬਲਿਕ ਸਪੋਰਟ ਵਾਲੇ ਉਹਨਾਂ ਵੱਲੋਂ ਦੇ ਇਧਰ ਐਂਟੀ ਵਾਲੇ ਕਮੇਟੀ ਵਾਲੇ, ਕਾਂਤੀ ਵੀਰ ਮਾਨ ਸਨਮਾਨ ਤੁਸੀਂ ਬੋਲੀ ਚ ਲੈ ਕੇ ਮੈਨੂੰ ਦੱਸ ਦਿਆ ਕਰੋ, ਠੀਕ ਹੈ ਜੀ। ਸਾਰਿਆਂ ਦੇ ਬੋਲਾਂ ਜੀ ਚੱਕ ਦੇ ਬੱਟੇ ਹਨ, ਇੱਧਰ ਮੰਨਾ ਰਸ਼ੀਦ ਵਾਲੇ ਕਵਿੰਦਰ ਜੰਗੀ ਵਾਲੇ ਮੇਰੇ ਵੀਰੋ, ਇਹ ਪੁਆਇੰਟ ਹੈ ਨਾਲ ਜਦ ਮੰਨਾ ਰਸ਼ੀਦ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਹਰੀ ਨੰਗਲ ਉਰਾਂ ਦੀ ਇੱਕ ਸਪੌਂਸਰ ਕੀਤੀ ਹੋਈ ਟੀਮ ਜਾਲਾ ਧੂਰ ਹੋਈ ਹੈ ਯਾਰਾਂ ਦਾ ਯਾਰ। ਆਓ ਆਪਾਂ ਦੇਖੀਏ ਇਹ ਨੌਜਵਾਨ ਇਸ ਵੇਲੇ ਸੁਖਮੰਦਰ ਜੰਗੀ ਵਾਲੇ ਵਾਲਾ, ਇੱਕ ਕੰਨੀ ਨੌਜਵਾਨ ਮੋਟੂ ਨਾਲ ਢਿੰਡਾ ਨਾਲ ਸਲੀਮ ਨਾਲ ਅਮਨ ਕੌਂਕਾ ਦਾ ਤੇ ਪੰਜਵੇਂ ਖਿਡਾਰੀ ਖੇਡ ਮੈਦਾਨ ਵਿੱਚ ਖਿਡਾਰੀ ਚੱਲਦਾ ਹੈ, ਕੋਠੇ ਤੇ ਗੱਡੀਆਂ ਨੇ ਮਾਰ ਕੇ ਕਿਹੜਾ ਪੁੱਛਦਾ ਹੁਣ ਕਿੱਥੇ ਕਿੱਥੇ ਵੱਜੀਆਂ ਨੇ, ਮਾਰ ਕੇ ਕਿਹੜਾ ਪੁੱਛਦਾ ਹੁਣ ਕਿੱਥੇ ਕਿੱਥੇ ਵੱਜੀਆਂ ਨੇ। ਅਗਲੀ ਕਬੱਡੀ ਇਹ ਨੌਜਵਾਨ ਖੇਡ ਮੈਦਾਨ ਵਿੱਚ ਦੇਖੀ ਹੋ, ਇਸ ਵੇਲੇ ਪਾਉਂਡ ਲਈ ਵਧਿਆ ਹੋਇਆ ਕੌਂਕਿਆਂ ਦੀ ਟੀਮ ਦਾ ਇੱਕ ਖਿਡਾਰੀ, ਆਪਾਂ ਦੇਖ ਰਹੇ ਹਾਂ ਚਾਰ ਜਾਫੀ ਯਾਦਾ ਨਾਲ ਸੋਨੀ ਨਾਲ ਕੁਲਵਿੰਦਰ ਨਾਲ ਮੇਰੇ ਵੀਰੋ, ਇਸ ਵੇਲੇ ਪਾਲੀ ਗੁਰਪ੍ਰੀਤ ਆਪਣੇ ਤੋਂ ਜੂਨੀਅਰ ਖਿਡਾਰੀਆਂ ਦੇ ਮੈਚਾਂ ਦਾ ਆਨੰਦ ਮਾਣੀ ਜਾ ਰਿਹਾ, ਇਹ ਫੈਸਲਾ ਕੱਲ੍ਹ ਹੋਵੇਗਾ, ਫੈਸਲਾ ਕੱਲ੍ਹ ਹੈ, ਪੁਆਇੰਟ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਫੈਸਲਾ ਕੱਲ੍ਹ ਹੈ। ਸਾਡੀ ਹੱਥ ਬੰਨ ਕੇ ਬੇਨਤੀ ਹੈ ਕੋਈ ਵੀ ਖਿਡਾਰੀ ਆ ਕੇ ਸਾਡੇ ਰੈਫਰੀ ਦੇ ਨਾਲ ਬਹਿਸ ਨਾ ਕਰੇ, ਰੈਫਰੀ ਦਾ ਕੋਈ ਵੀ ਨਹੀਂ। ਹਾਂਜੀ ਫੈ ਆਪਣਾ ਰੈਫਰੀ ਰੈਫਰੀ ਫੈਸਲੇ ਦੀ ਰੈਫਰੀ ਰੈਫਰੀ ਕੀ ਰੈਫਰੀ ਪੈਸੇ ਜੀ ਉੱਥੇ ਬੁਲਾ ਲਓ ਜੀ, ਨਾਮ ਲੈ ਲੈਣਾ ਗਿੰਦਰ ਬਲਵਾੜੀ ਵੱਲੋਂ ਜੀ, ਕੋਈ ਨਾ ਬਾਅਦ ਬੋਲਾਂਗੇ ਜੀ, ਸਾਰਿਆਂ ਦਾ ਧੰਨਵਾਦ ਹੈ ਜੀ। ਚਲੋ ਜੀ ਬਿੱਟੂ ਜੀ ਸਰਪੰਚ ਸਾਹਿਬ ਜੀ ਵੱਲੋਂ ਮਾਨ ਸਨਮਾਨ ਜਿੰਨੇ ਵੀ ਜੱਫੇ ਲਾਉਣਗੇ ਖੇਡ ਮੈਦਾਨ ਵਿੱਚ, ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਮੰਨਾ ਰਸ਼ੀਦ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਜਾਣ ਬੁੱਝ ਕੇ ਨਹੀਂ ਗਲਤ ਪੁਆਇੰਟ ਲੈਂਦਾ ਰੈਫਰੀ, ਖਿਡਾਰੀਆਂ ਦੇ ਲਈ ਭਗਵਾਨ ਹੁੰਦਾ, ਗਲਤੀ ਹੋਵੇ ਤਾਂ ਇਸਦੀ ਸਦਾ ਇਨਸਾਨ ਕੋਲੋ ਤੇ ਖਿਡਾਰੀ ਉਹ ਰੈਫਰੀ ਵੀ ਇੱਕ ਇਨਸਾਨ ਹੁੰਦਾ। ਯਾਦਾ ਸੁਰਖਪੁਰੀਆ ਮੰਨਾ ਰਸ਼ੀਦ ਵਾਲਾ ਬੱਲੇ 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 ਹੋਈ ਪਈ ਆ ਬੋਲੇ। ਸਰਦੇਸ਼ ਸਿੰਘ ਜੀ ਭਾਣਾ 200 ਰੁਪਏ ਜੰਗੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਅੰਕਲ ਜੀ।
ਸਰਜੀਤ ਪੰਪਲ ਬੰਨੀ ਉਹ 1000 ਰੁਪਿਆ ਵਾਟ ਕਮਿਟ ਨੂੰ 1000 ਰੁਪਿਆ ਦੇਊਗਾ ਹਰਜਿੰਦਰ ਭਾਣੇ ਦੇ ਡੈਡੀ ਜੀ ਬਹੁਤ ਬਹੁਤ ਧੰਨਵਾਦ ਮੈਂ ਵੀ ਸੀਰ ਮੇਰੇ ਕੋਲੇ ਆ ਤੇ ਮਾਨ ਸਮਾਨ ਫੜ ਜੰਗੀ ਜਾਣੇ ਵਾਲਿਆਂ ਦੇ ਹਾਂਜੀ ਅੰਕਲ ਜੀ ਓਕੇ ਜੀ ਓਕੇ ਥੈਂਕ ਯੂ ਓਕੇ ਮਿਹਰਬਾਨੀ ਜਗਸੀਰ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਲੱਗ ਜਾ ਰਬ ਨੂੰ ਮੇਰੇ ਵੀਰ ਨੂੰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੋਨੀ ਵਾਲੇ ਦਾ ਛੰਨਾ ਵਾਲਾ ਤੇ ਪੁਆਇੰਟ ਆਪਣੀ ਟੀਮ ਦੇ ਏਸੀ ਜੋੜਦਾ ਹੋਇਆ ਜੇ ਤੇ ਮੈਚ ਦਾ ਸਵਾਦ ਉਹਨਾਂ ਤਾੜੀਆਂ ਮਾਰੋ ਦਰਸ਼ਕੀ ਜੇ ਮੈਚ ਦਾ ਸਵਾਦ ਆ ਰਿਹਾ ਜੋਰ ਦੀਆਂ ਤਾੜੀਆਂ ਮਾਰਦੀਆਂ ਬਹੁਤ ਬਹੁਤ ਧੰਨਵਾਦ ਸੁਲਤਾਨ ਜਿਹੜੇ ਸੁਲਤਾਨ ਦੀ ਖੇਡ ਨੂੰ ਪਿਆਰ ਕਰਦੇ ਉਹ ਤਾੜੀਆਂ ਮਾਰੋ ਜਿਹੜੇ ਸੁਲਤਾਨ ਦੀ ਖੇਡ ਨੂੰ ਪਿਆਰ ਕਰਦੇ ਆ ਅੱਜ ਮੋਟਰਸਾਈਕਲ ਦਿੱਤੇ ਜਾਣੇ ਆ ਜੰਗੀਆਂ ਵਾਲੀ ਇਸ ਪਵਿੱਤਰ ਗਰਾਊਂਡ ਦੇ ਵਿੱਚ ਵਸ ਖਿਡਾਰੀਆਂ ਨੂੰ ਗੁਰਪ੍ਰੀਤ ਨੂੰ ਪੂਰੀ ਦੁਨੀਆ ਜਾਣਦੀ ਆ ਪਰਵਿੰਦਰ ਹੁਰੀ ਤੇ ਨਾਲ ਮੇਰੇ ਵੀਰੋ ਸਖਮੰਦਰ ਸੋਨੀ ਹੁਰੀ ਆ ਜੀ ਸੁਲਤਾਨ ਜੰਗੀਆਂ ਵਾਲੀ ਧਰਤੀ ਦਾ ਬਹੁਤ ਬਹੁਤ ਵੱਡੀਆਂ ਪਾ ਰਿਹਾ ਅੰਤ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੋਨੀ ਫਤਿਹਗੜ੍ਹ ਛੰਨਾ ਦਾ ਦੋ ਖਿਡਾਰੀ ਜਿਹੜੇ ਪਟਿਆਲੇ ਦੇ ਪਰ ਵੱਖ ਵੱਖ ਟੀਮਾਂ ਦੇ ਲਈ ਪੁਆਇੰਟ ਲੈਣ ਦੇ ਲਈ ਜੀਤ ਰਹੇ ਆ ਸੋਨੀ ਹੁਰੀ ਮੇਰੇ ਵੀਰੋ ਸੋਨੀ ਫਤਿਹਗੜ੍ਹ ਛੰਨਾ ਵਾਲਾ ਕਬੱਡੀ ਪਾਉਂਡ ਦੀ ਵਜ੍ਹਾ ਹੋਇਆ ਇੱਕ ਕੰਨੀ ਜਾਂਦਾ ਜੱਟ ਨਾਲ ਮੁਕਾਬਲਾ ਟੱਕਰ ਦਾ ਮੋਟਰਸਾਈਕਲਾਂ ਦਾ ਘੋੜਿਆਂ ਦਾ ਤੇ ਗੱਡੀਆਂ ਦਾ ਜੇਤੂ ਜਾਫੀ ਦੇ ਪੁਆਇੰਟ ਹੈ ਫਤਿਹਗੜ੍ਹ ਛੰਨਾ ਵਾਲਾ ਸੋਨੀ ਆਪਣੀ ਟੀਮ ਦੇ ਹਿੱਸੇ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਸਖਮੰਦਰ ਜੰਗੀਆਂ ਵਾਲਾ ਇਹਨੇ ਖਾਦੀ ਪੰਡ ਬਦਾਮਾਂ ਦੀ ਦੁੱਧ ਚੁੰਗਿਆ ਰੱਜ ਕੇ ਪੂਰੀ ਦਾ ਫਿਰ ਮੁੱਲ ਧਰਨਾ ਪੈਂਦਾ ਏ ਕੀਤੀ ਹੋਈ ਮਿਹਨਤ ਪੂਰੀ ਦਾ ਇਹ ਲਾਉਂਦਾ ਤੀਰ ਨਿਸ਼ਾਨੇ ਤੇ ਇਹਦਾ ਟੱਚ ਨਹੀਂ ਜਾਂਦਾ ਫੋਫਾ ਏ ਇਹ ਫਰਨਾ ਹੀ ਮਿੱਤਰ ਔਖਾ ਏ ਇਹ ਡੱਗਣਾ ਹੀ ਮਿੱਤਰ ਔਖਾ ਏ ਮੋਟੂ ਨਾਲ ਮੁਕਾਬਲਾ ਦੇ ਪੁਆਇੰਟ ਇਸ ਨਾਲ ਜਾ ਰਿਹਾ ਮੇਰੇ ਵੀਰੋ ਸਖਮੰਦਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਮੰਨਾ ਰਸ਼ੀਦ ਵਾਲਾ ਸਿੱਖ ਸਰਦਾਰ ਮੇਰੇ ਵੀਰੋ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚ ਕੁਲਵਿੰਦਰ ਜੰਗੀਆਂ ਨੇ ਵਾਲਾ ਇੱਕੋ ਜਿਹੀ ਜੰਗੀਆਂ ਦੋਨੇ ਸਟਾਰ ਹੈ ਪਰ ਪੁਆਇੰਟ ਇਸ ਵੇਲੇ ਮੰਨਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹਲਕਿਆਂ ਦੀ ਟੀਮ ਆ ਗਈ ਤਾਂ ਹੱਥ ਚੁੱਕੇ ਭਾਈ ਰੂਪਾ ਸੰਦੀਪ ਸਿੰਘ ਜੀ ਜਾਣਕਾਰੀ ਮੇਰੀ ਵੀ ਟੀਮ ਆ ਗਈ ਆ ਅਲੀਪੁਰ ਖਾਲਸੇ ਦਾ ਮੈਚ ਕੋਟ ਸੁਖੀ ਦੀ ਟੀਮ ਦੇ ਨਾਲ ਖੇਡਿਆ ਜਾਣਾ ਇਧਰ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਸੁਲਤਾਨ ਮੇਰੇ ਵੀਰੋ ਕਬੱਡੀ ਪਾਉਂਡ ਨੂੰ ਵਧਿਆ ਹੋਇਆ ਖੇਡੀ ਬਾਪ ਨੇ ਕਬੱਡੀ ਪਹਿਲਾਂ ਹਿੱਕ ਜ਼ੋਰ ਨਾਲ ਜਿੱਥੇ ਖੇਡਦਾ ਸੀ ਪ੍ਰੀਤਮ ਕਰ ਦਿੰਦਾ ਸੀ ਕਮਾਲ ਆਈ ਫੁੱਟ ਤੇ ਜਵਾਨੀ ਉੱਚਾ ਕੀਤਾ ਖਾਨਦਾਨ ਬੁਲਟ ਗੱਡੀਆਂ ਜਿੱਥੇ ਸੁਖੀ ਲੋਂਗੋ ਵਾਲਿਆ ਸ਼ਮਸ਼ਪੁਰ ਦਾ ਸੁਲਤਾਨ ਸ਼ਮਸ਼ਪੁਰ ਦਾ ਸੁਲਤਾਨ ਸੁਲਤਾਨ ਗੱਡੀਆਂ ਦਾ ਬੁਲਟਾਂ ਦਾ ਮੋਟਰਸਾਈਕਲਾਂ ਦਾ ਘੋੜਿਆਂ ਦਾ ਜਿਹੜਾ ਖਿਡਾਰੀ ਹੈ ਫਤਿਹਗੜ੍ਹ ਛੰਨਾ ਦੀ ਧਰਤੀ ਦਾ ਜਿੱਥੋਂ ਦੇ ਮੇਰੇ ਵੀਰ ਪਾਲੀ ਵਰਗੇ ਜਿੱਥੋਂ ਦੇ ਕਹਿੰਦੇ ਅੰਮ੍ਰਿਤਵਾਰ ਦੇ ਮਹਾਨ ਖਿਡਾਰੀ ਹੈ ਯਾਤਰੀ ਦੇ ਨਾਲ ਮੁਕਾਬਲਾ ਤੇ ਇੱਕ ਸਾਲ ਦੀ ਉਮਰ ਇਸ ਨੌਜਵਾਨ ਯਾਤਰੀ ਦੀ ਤੇ ਪੁਆਇੰਟ ਹੈ ਫਿਰ ਵੀ ਇਹ ਨੌਜਵਾਨ ਸੋਨੀ ਫਤਿਹਗੜ੍ਹ ਛੰਨਾ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਹ ਆਇਆ ਸ਼ਕੰਦਰ ਸਖਮੰਦਰ ਮੇਰੇ ਵੀਰ ਸ਼ਕੰਦਰ ਮਾੜੀ ਵਾਲੇ ਨੂੰ ਮੁਬਾਰਕਬਾਦ ਹੈ ਵਿਆਹ ਦੇ ਬੱਚੇ ਦੇ ਵਿੱਚ ਬੱਚ ਗਿਆ ਮੈਂ ਵੀ ਨੌਜਵਾਨ ਤਾਜੋ ਵਾਲਿਆ ਸਖਮੰਦਰ ਕਬੱਡੀ ਪਾ ਰਿਹਾ ਮੋਟੂ ਅਮਨ ਸਲੀਬ ਦੇ ਨਾਲ ਢਿੰਦਾ ਹਰੀ ਨਾਈਕਲ ਉਹਨਾਂ ਦੀ ਟੀਮ ਇੱਕ ਸਲੀਬ ਮਾਸਟਰ ਸਲੀਬ ਇੱਕ ਕਬੱਡੀ ਦਾ ਮਾਸਟਰ ਸਲੀਬ ਹੈ ਆਓ ਆਪਾਂ ਦੇਖੀਏ ਇਸ ਵੇਲੇ ਲੱਗਿਆ ਪਿਆ ਜੋਰ ਫਸਿਆ ਪਿਆ ਮੈਚ ਇੱਕ ਪੁਆਇੰਟ ਕੀਤੀ ਵਾਹ ਇਹ ਅੰਕਲ ਸਲੀਬ ਮੇਰੇ ਵੀਰ ਕੌਂਟਾ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੁਣ ਦੱਸੋ ਜੀ ਮੈਚ ਲੱਗਿਆ ਵਾ ਤਾੜੀਆਂ ਮਾਰ ਕੇ ਦੱਸੋ ਜੀ ਸਵਾਦ ਆ ਰਿਹਾ ਇਧਰ ਜਾਂਦਾ ਸੁੱਖ ਸੁਰੀਆ ਮੇਰੇ ਵੀਰ ਇੱਕ ਪਾਸੇ ਜਾਂਦਾ ਮੰਨਾ ਰਸ਼ੀਦ ਵਾਹ ਵੀਰੀ ਸਾਹ ਵਾਹ ਵੀਰੀ ਸਾਹ ਬੱਲੇ 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 ਬਾਬਾ ਬਾਬਾ ਦੇਰ ਗੱਡੀ ਦਾ ਅੜ ਗਿਆ ਧੱਕਾ ਲਾਉਂਦੀ ਦਾ ਸਾਹ ਚੜ ਗਿਆ ਤੇ ਗੱਭਰੂ ਨੇ ਰੇਲ ਰੋਕ ਲਈ ਮੂਰੇ ਸੱਚ ਕੇ ਚੱਕਰ ਦਾ ਧਾਪਾ ਗੱਭਰੂ ਨੇ ਰੇਲ ਰੋਕ ਲਈ ਮੂਰੇ ਸੱਚ ਕੇ ਚੱਕਰ ਦਾ ਧਾਪਾ ਕਿਉਂ ਬਿੱਟੂਆ ਬਗਾਨੇ ਪੁੱਤ ਨੇ ਚਿੜੀ ਹਿਲਣ ਦਿੱਤਾ ਕਿਹੜੀ ਉੱਤੇ ਆਇਆ ਯਾਰ ਛੱਡਿਆ ਜਿਹਨਾਂ ਕੌਡੀ ਦਾ ਹੈ ਸਾਡੀ ਜਿਹੜੀ ਜਾਨ ਕੀਤੀ ਇਸ ਮਾਵਿਆਂ ਨੇ ਅੱਜ ਸਿਰਾ ਕਰਾਤਾ ਅੱਜ ਇਸ ਨੌਜਵਾਨ ਨੇ ਮੇਲਾ ਲੁੱਟਿਆ ਪੰਜਾਬੇ ਦੇ ਵਿੱਚੋਂ ਪੁੱਜਿਆ ਜਾਂਦਾ ਯਾਰ ਹਿੰਦਰ ਸਿੰਘ ਸੁਰਖਪ੍ਰੀਆ ਤੇ ਅਗਲੀ ਕਬੱਡੀ ਸੁਲਤਾਨ 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 ਆਪਣੀ ਟੀਮ ਦੇ ਇਸ ਪੁਆਇੰਟ ਜੋੜ ਚੁੱਕਿਆ ਮੇਰੇ ਵੀਰੋ ਸ਼ਮਸ਼ਪੁਰੀਆ ਸੋਨੀ ਕਬੱਡੀ ਪਾ ਰਿਹਾ ਕਿ ਮੁਸ਼ਮੁਸ਼ ਗੱਭਰੂ ਦੇ ਸ਼ਹਿਰ ਪਟਿਆਲੇ ਦੇ ਭਾਈ ਆਹ ਸੋਟੀਆਂ ਜੀਆਂ ਤੁਹਾਨੂੰ ਨਾ ਕਰੋ ਵੀ ਜਣ ਕੇ ਥੱਲੇ ਰੱਖੋ ਇਹਨਾਂ ਨੂੰ ਕੋਈ ਨਾ ਕੋਈ ਨਾ
ਮੇਰੀ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਵੀ ਸਵੇਰ ਤੋਂ ਲੈ ਕੇ ਮੈਂ ਇੱਕ ਵੀ ਦਰਸ਼ਕ ਗਰਾਊਂਡ ਵਿੱਚ ਨਹੀਂ ਦੇਖਿਆ। ਸੱਚੀ ਗੱਲ ਆਖਾਂ ਇੱਕ ਵੀ ਦਰਸ਼ਕ ਮੈਂ ਗਰਾਊਂਡ 'ਚ ਨਹੀਂ ਦੇਖਿਆ, ਨਾ ਕੋਈ ਕਮੇਟੀ ਮੈਂਬਰ, ਨਾ ਕੋਈ ਜਾਲ ਤੱਕ ਆਇਆ। ਇਹ ਦਰਸ਼ਕਾਂ ਦੀ ਬਦੌਲਤ ਕਬੱਡੀ ਟੂਰਨਾਮੈਂਟ ਤੁਹਾਡਾ ਭਰਾਵੋ ਉਹ ਕੋਈ ਨਾ। ਹਾਂਜੀ 100 ਰੁਪਇਆ ਕਮੇਟੀ ਵੱਲੋਂ ਬਾਈ, 100 ਰੁਪਇਆ ਪ੍ਰਭਾਰੀ ਸਾਹਿਬ ਕੌਂਕਿਆਂ ਵਾਲੇ ਮਾਨ ਸਨਮਾਨ ਲੈ ਲਿਆ, ਲਾਹੌਰ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ ਵੀ ਵੱਡੇ ਮਾਨ ਸਨਮਾਨ। ਇਹਦੇ ਵਿੱਚ ਜੰਗੀਆਂ ਨੇ ਜਿੱਤ ਗਈ ਜੀ, ਤਾੜੀ ਮਾਰ ਦਿਓ, ਜੰਗੀਆਂ ਦੀ ਟੀਮ ਜਿੱਤ ਗਈ। ਕੋਈ ਨਾ ਕੁਛ ਨਹੀਂ ਹੋਇਆ ਤਾਂ ਬਾਈ ਜੀ ਆ ਪ੍ਰਾਈਜ਼ ਲੈ ਜਾਓ ਮੇਰੇ ਕੋਲੇ। ਬਾਈ ਪਟਵਾਰੀ ਜੀ ਦਾ ਧੰਨਵਾਦ ਉਹਨਾਂ ਵੱਲੋਂ।